ਤੁਸੀਂ ਦੇਖ ਸਕਦੇ ਹੋ ਕਿ ਡਾਕੂਮੈਂਟੇਸ਼ਨ ਬਾਅਦ ਦੇ ਵਿੱਚ ਕੀਤੀ ਜਾ ਰਹੀ ਹੈ, ਪਹਿਲੇ ਫੋਨ ਤੇ ਗੱਲ ਕਰਵਾਈ ਜਾ ਰਹੀ ਹੈ, ਤਾਂ ਇਹ ਫੋਨ ਤੇ ਗੱਲ ਕਰਵਾ ਕੇ ਪਹਿਲੇ ਵਾਕ ਵੀ ਕੱਢੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਡਾਕੂਮੈਂਟੇਸ਼ਨ ਜਿਹੜੀ ਹੈ ਕੀਤੀ ਜਾਂਦੀ ਹੈ। ਸਰ ਕੀ ਕਾਰਨ ਹੈ ਜੀ ਖਿਲਾਰਨ ਦਾ? ਜੀ ਇਹਨਾਂ ਦਾ ਜੀ ਇਹ ਰੈੱਡ ਲਾਈਟ ਜੰਪ ਕਰਦੇ ਆ, ਰੈੱਡ ਲਾਈਟ ਜੰਪ ਕਰਕੇ ਆ, ਇਹਦਾ ਕਰਕੇ ਇਹਨਾਂ ਨੂੰ ਖਿਲਾ ਰਿਹਾ ਵਾ। ਬਾਕੀ ਜੋ ਵੀ ਇਹਨੀ ਕਾਰਵਾਈ ਕਰਾਂਗੇ ਸਰ, ਕਾਨੂੰਨੀ ਕਾਰਵਾਈ ਕੀਤੀ ਜਾਏਗੀ? ਹਾਂਜੀ, ਚਲਾਨ ਕਰਾਂਗੇ ਜੀ, ਜੋ ਵੀ ਗਲਤੀ ਕਰੂਗਾ ਜੀ। ਹਰਵਿੰਦਰ ਸਿੰਘ, ਸਰ ਲੱਗਦਾ ਨਹੀਂ ਹੈ ਕਿ ਜ਼ੈਬਰਾ ਕ੍ਰੋਸਿੰਗ ਤੋਂ ਸਾਨੂੰ ਪਿੱਛੇ ਰੱਖਣੀ ਚਾਹੀਦੀ ਸੀ? ਅਗਲੀ ਵਾਰ ਦੱਸਾਂਗਾ, ਅਗਲੀ ਵਾਰ ਦੱਸਣਗੇ। ਬਟ ਸਰ ਨਿਊਜ਼ ਤਾਂ ਹੋਏਗਾ, ਬਟ ਸਰ ਸਾਨੂੰ ਰੂਲ ਐਂਡ ਰੈਗੂਲੇਸ਼ਨ ਦਾ ਫੋਲੋ ਕਰਨੇ ਚਾਹੀਦੇ ਨੇ। ਰੂਲ ਐਂਡ ਰੈਗੂਲੇਸ਼ਨ ਸਾਡੇ ਇਕੱਲੇ ਵਾਸਤੇ ਥੋੜੀ ਨਾ ਬਣੇ ਭਾਜੀ। ਸਰ ਲੱਗਦਾ ਕਿ ਸਾਨੂੰ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਰੱਖਣੀ ਚਾਹੀਦੀ ਹੈ ਗੱਡੀ, ਪਰ ਪ੍ਰਸ਼ਾਸਨ ਨੇ ਇੱਥੇ ਜ਼ੈਬਰਾ ਕ੍ਰੋਸਿੰਗ ਦਾ ਪੇਂਟ ਜਿਹੜਾ ਮਿਟ ਚੁੱਕਿਆ ਬਣਾਇਆ ਹੀ ਨਹੀਂ ਹੈ ਜੀ। ਪ੍ਰਸ਼ਾਸਨ ਦੀ ਨਲਾਇਕੀ ਹੈ ਜੀ, ਕਹਿ ਸਕਦੇ ਨਲਾਇਕੀ ਹੈ। ਕੀ ਕਾਰਨ ਹੈ ਤੁਹਾਨੂੰ ਰੋਕਣ ਦਾ? ਭਾਜੀ ਰੋਕਣ ਦਾ ਕਾਰਨ ਇਹ ਆ ਵੀ ਅੱਧ ਦੇ ਵਿੱਚ ਗੱਡੀ ਆ ਗਈ ਆ, ਉੱਤੋਂ ਰੈੱਡ ਹੋ ਗਈ, ਹੁਣ ਮੈਂ ਅੱਧ ਦੇ ਵਿੱਚ ਡੱਕ ਦਵਾਂ, ਮੈਨੂੰ ਦੱਸ ਦਿਓ ਤੁਸੀਂ। ਬੜੇ ਲੋਕ ਜਿਹੜੇ ਤੁਸੀਂ ਹੁਣੇ ਖਿਲਾ ਰਹੇ ਸੀਗੇ, ਫੋਨ ਕਰਾ ਕੇ ਸਿਫਾਰਸ਼ਾਂ ਪਵਾ ਕੇ, ਵੱਡੇ ਵੱਡੇ MLA ਮੰਤਰੀ ਪ੍ਰਸ਼ਾਸਨ ਦੀਆਂ ਸਿਫਾਰਸ਼ਾਂ ਪਾਉਂਦੇ ਨੇ, ਉਹਨਾਂ ਨਾਲ ਕੀ ਕੀਤਾ, ਛੱਡ ਦਿੱਤਾ ਜਾਂਦਾ ਜਾਂ ਚਲਾਨ ਕੀਤਾ ਜਾਂਦਾ? ਨਹੀਂ ਜੀ, ਜਿਹਦੀ ਤੇ ਗਲਤੀ ਆ ਉਹਦਾ ਗਲਤੀ ਦੀ ਸਜ਼ਾ ਪੁੱਛੋ, ਚਲਾਨ ਕਰਨਾ ਹੈਗਾ। ਅੰਮ੍ਰਿਤਸਰ ਦੇ ਨਾਵਲਟੀ ਚੌਂਕ ਵਿਖੇ ਮੌਜੂਦ ਆ, ਜਿੱਥੇ ਪੂਰੀ ਪਾਬੰਦੀ ਕੀਤੀ ਗਈ ਹੈ, ਪੂਰੀ ਸਖਤਾਈ ਕੀਤੀ ਗਈ ਹੈ। ਜੇਕਰ ਗੱਲ ਕਰੀਏ ਤਾਂ ਵੱਡੇ ਵੱਡੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਸ਼ਰਾਰਤੀ ਅਨਸਰਾਂ ਲਈ ਜਾਂ ਜਿਹੜੇ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ। ਫਿਲਹਾਲ ਇੱਕ ਤਸਵੀਰ ਵਿਖਾ ਦਈਏ, ਪ੍ਰਸ਼ਾਸਨ ਵੱਲੋਂ ਕੁਝ ਲੋਕਾਂ ਨੂੰ ਰੋਕਿਆ ਗਿਆ ਸੀਗਾ ਕਿ ਲਾਈਟ ਜੰਪ ਕੀਤੀ ਗਈ ਹੈ, ਪਰ ਬਹਿਸਬਾਜ਼ੀ ਚੱਲ ਰਹੀ ਹੈ ਕਿ ਲਾਈਟ ਚੱਲ ਹੀ ਨਹੀਂ ਰਹੀ। ਪਰ ਜੇਕਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਤਾਂ ਉਹ ਤੁਸੀਂ ਲਾਈਟ ਦੇਖ ਸਕਦੇ ਹੋ, ਲਾਈਟ ਹਾਲੇ ਚੱਲ ਰਹੀ ਹੈ, ਪਰ ਜਿਸ ਸਮੇਂ ਇਹਨਾਂ ਨੂੰ ਰੋਕਿਆ ਗਿਆ ਤਾਂ ਉਹ ਬਹਿਸਬਾਜ਼ੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕ ਆਪਣੀ ਜ਼ਿੰਮੇਵਾਰੀ ਭੁੱਲਦੇ ਜਾ ਰਹੇ ਨੇ। ਕਿਉਂਕਿ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਪ੍ਰਸ਼ਾਸਨ ਤੇ ਬਹੁਤ ਦੋਸ਼ ਲਗਾਉਂਦੇ ਹਾਂ ਕਿ ਪ੍ਰਸ਼ਾਸਨ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾ ਪਾਉਂਦਾ, ਪਰ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਉਹ ਭੁੱਲਦੇ ਜਾ ਰਹੇ ਨੇ। ਫਿਲਹਾਲ ਇਹ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਦੀਆਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਪ੍ਰਸ਼ਾਸਨ ਵੱਲੋਂ ਪੂਰੇ ਸਖਤਾਈ ਵਰਤੀ ਜਾ ਰਹੀ ਹੈ, ਕਿਉਂਕਿ ਅੰਮ੍ਰਿਤਸਰ ਦੀ ਟੂਰਿਸਟ ਸਿਟੀ ਜਿਹੜੀ ਹੈ ਮੰਨੀ ਜਾ ਰਹੀ ਹੈ। ਤਾਂ ਇਹ ਤਸਵੀਰਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਟੂਰਿਸਟ ਸਿਟੀ ਹੁੰਦੀ ਆ ਉੱਥੇ ਕਿਤੇ ਨਾ ਕਿਤੇ ਸ਼ਰਾਰਤੀ ਅਨਸਰਾਂ ਦਾ ਵੀ ਘੇਰਾ ਵੱਧਦਾ ਹੋਇਆ ਨਜ਼ਰ ਆਉਂਦਾ ਹੈ ਅਕਸਰ, ਕਿ ਕਿਸੇ ਨਾ ਕਿਸੇ ਤਰੀਕੇ ਸ਼ਰਾਰਤੀ ਅਨਸਰ ਹੈ ਜਿਹੜੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ, ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਦੇ। ਫਿਲਹਾਲ ਇਹ ਮੋਟਰਸਾਈਕਲ ਰੋਕਣ ਦਾ ਤੁਹਾਨੂੰ ਕਾਰਨ ਦੱਸ ਦਈਏ ਵੀ ਪ੍ਰਸ਼ਾਸਨ ਵੱਲੋਂ ਇੱਕ ਜਿਹੜੀ ਅੰਮ੍ਰਿਤਸਰ ਦੇ ਕਮਿਸ਼ਨਰੇਟ ਵੱਲੋਂ ਇੱਕ ਨਿਯਮ ਕੱਢਿਆ ਗਿਆ ਸੀਗਾ ਕਿ ਹਾਈ ਸਿਕਿਉਰਿਟੀ ਨੰਬਰ ਪਲੇਟ ਹੋਣੀ ਬਹੁਤ ਜ਼ਰੂਰੀ ਹੈ, ਤਾਂ ਇਹ ਹਾਈ ਸਿਕਿਉਰਿਟੀ ਨੰਬਰ ਪਲੇਟ ਹਾਲੇ ਵੀ ਨਹੀਂ ਲੱਗੀ ਹੋਈ, ਤੇ ਪ੍ਰਸ਼ਾਸਨ ਵੱਲੋਂ ਜਿਹੜਾ ਹੁਣ ਰੋਕ ਕੇ ਹੈ ਚੈਕਿੰਗ ਕੀਤੀ ਜਾਏਗੀ, ਪੂਰੀ ਡਾਕੂਮੈਂਟੇਸ਼ਨ ਕੀਤੀ ਜਾਏਗੀ, ਤਾਂ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਅੱਗੇ ਕਿਸ ਤਰੀਕੇ ਜਿਹੜੀ ਹੈ ਕਾਰਵਾਈ ਕਰਦਾ। ਕਿਉਂਕਿ ARP ਦੀ ਜੇਕਰ ਗੱਲ ਕਰਦੇ ਹਾਂ ਤਾਂ CRP ਦੀ ਗੱਲ ਕਰ ਲਈਏ ਜਾਂ ਉਹ ਇੱਥੇ ਪੂਰੇ ਪੁੱਗਦੇ ਪ੍ਰਬੰਧਾਂ ਦੇ ਨਾਲ ਮੌਜੂਦ ਨੇ, ਕਿਉਂਕਿ ਕਿਸੇ ਵੀ ਸਮੇਂ ਕਿਸੇ ਵੀ ਟਾਈਮ ਤੇ ਕੀ ਮਾਹੌਲ ਹੋ ਸਕਦਾ ਇਹ ਕਿਸੇ ਨੂੰ ਨਹੀਂ ਪਤਾ, ਕਿਹੜੇ ਚੌਂਕ ਤੇ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੁੰਦੀ ਹੈ, ਕਿਉਂਕਿ ਅੱਜ ਕੱਲ੍ਹ ਸਬਰ ਮੁੱਕ ਚੁੱਕਿਆ ਲੋਕਾਂ ਦੇ ਵਿੱਚ। ਸੋ ਸਬਰ ਦੇ ਕਾਰਨ ਜੇਕਰ ਗੱਲ ਕਰਦੇ ਹਾਂ ਤਾਂ ਹਰ ਕੋਈ ਆਪਣਾ ਆਪਾ ਖੋ ਬੈਂਦਾ, ਪ੍ਰਸ਼ਾਸਨ ਕਿਤੇ ਨਾ ਕਿਤੇ ਸ਼੍ਰੀਮਾਨ ਕਹਿ ਕੇ ਵੀ ਗੱਲ ਕਰਦਾ, ਪਰ ਪ੍ਰਸ਼ਾਸਨ ਤੋਂ ਲੋਕ ਕਿੰਨਾ ਕੁ ਦੁਖੀ ਨੇ ਕਿੰਨਾ ਕੁ ਸੁਖੀ ਨੇ ਉਹ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਡਾਕੂਮੈਂਟੇਸ਼ਨ ਬਾਅਦ ਦੇ ਵਿੱਚ ਕੀਤੀ ਜਾ ਰਹੀ ਹੈ, ਪਹਿਲੇ ਫੋਨ ਤੇ ਗੱਲ ਕਰਵਾਈ ਜਾ ਰਹੀ ਹੈ, ਤਾਂ ਇਹ ਫੋਨ ਤੇ ਗੱਲ ਕਰਵਾ ਕੇ ਪਹਿਲੇ ਵਾਕ ਵੀ ਕੱਢੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਡਾਕੂਮੈਂਟੇਸ਼ਨ ਜਿਹੜੀ ਹੈ ਕੀਤੀ ਜਾਂਦੀ ਹੈ। ਸੋ ਹੁਣ ਦੇਖਣਾ ਹੈ ਕਿ ਪ੍ਰਸ਼ਾਸਨ ਕਿਸ ਤਰੀਕੇ ਇਸ ਦੇ ਉੱਤੇ ਬਣਦੀ ਕਾਰਵਾਈ ਕਰਦਾ, ਕਿਉਂਕਿ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ ਨੇ, ਪ੍ਰਸ਼ਾਸਨ ਪੂਰੀ ਸਖਤਾਈ ਦੇ ਨਾਲ ਇੱਥੇ ਬੈਠਾ ਹੋਇਆ। ਤਾਂ ਇੱਕ ਵਾਰ CRP ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ CRP ਕਿਸ ਤਰੀਕੇ ਹੁੰਦਾ, ਤਾਂ ਇਹ CRP ਵੀ ਜਿਹੜੀ ਆ ਮੌਜੂਦ ਆ, ਪਰ ਪ੍ਰਸ਼ਾਸਨ ਆਪਣੀ ਡਿਊਟੀ ਨਿਭਾਉਂਦਾ, ਪਰ ਜਿਸ ਤਰੀਕੇ ਵਾਕਵੀਆਂ ਕੱਢ ਕੇ ਜਿਸ ਤਰੀਕੇ ਸਿਫਾਰਸ਼ਾਂ ਪਵਾ ਕੇ ਗੱਲਬਾਤ ਕਰਾਈ ਜਾਂਦੀ ਹੈ, ਤਾਂ ਪ੍ਰਸ਼ਾਸਨ ਨੂੰ ਆਪਣੀ ਡਿਊਟੀ ਤੋਂ ਕਿਤੇ ਨਾ ਕਿਤੇ ਖੇਚਲ ਕੀਤਾ ਜਾਂਦਾ, ਪ੍ਰਸ਼ਾਸਨ ਨੂੰ
ਆਪਣੀ ਡਿਊਟੀ ਨਹੀਂ ਕਰਨ ਦੇ ਦਿੱਤੀ ਜਾਂਦੀ। ਸੋ ਇਸ ਤਸਵੀਰਾਂ ਦੇਖ ਰੈੱਡ ਲਾਈਟ ਵਿੱਚ ਗੱਡੀ ਆਈ ਹੈ ਤਾਂ ਰੈੱਡ ਲਾਈਟ ਤੋਂ ਗੱਡੀ ਜਿਹੜੀ ਆ ਰੋਕ ਲਿੱਤੀ ਗਈ ਹੈ। ਤਾਂ ਹੁਣ ਦੇਖਣਾ ਕਿ ਇਹ ਵੀ ਡਾਕੂਮੈਂਟੇਸ਼ਨ ਹੋਏਗੀ, ਇਹਦੇ ਵਿੱਚੋਂ ਵੀ ਕਿਤੇ ਨਾ ਕਿਤੇ ਤਰੀਕੇ ਦੀ ਵਾਕ ਵੀ ਕੱਢੀ ਜਾਂਦੀ ਹੈ, ਕਿਸੇ ਦੀ ਸਿਫਾਰਿਸ਼ ਪਵਾਈ ਜਾਂਦੀ ਹੈ। ਸੋ ਇਹ ਤਸਵੀਰਾਂ ਅੰਮ੍ਰਿਤਸਰ ਦੇ ਨਾਵਟੀ ਚੌਂਕ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿਸ ਤਰੀਕੇ ਪ੍ਰਸ਼ਾਸਨ ਫੁੱਕ ਦੇ ਪ੍ਰਬੰਧਾਂ ਦੇ ਨਾਲ ਇੱਥੇ ਪਹੁੰਚਿਆ ਹੋਇਆ। ਸੋ ਪ੍ਰਸ਼ਾਸਨ ਦੀ ਜਿਹੜੀ ਆ ਗੱਲਬਾਤ ਹੋ ਰਹੀ ਹੈ ਕਿ ਰੈੱਡ ਲਾਈਟ 'ਤੇ ਜੰਪ ਕੀਤੇ ਆ, ਪਰ ਜੀ ਸਰ ਇਹ ਰੈੱਡ ਲਾਈਟ ਜੰਪ ਕੀਤੀ ਹੈ ਜੀ? ਹਾਂਜੀ ਹਾਂਜੀ ਸਰ, ਬਿਲਕੁਲ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਰੈੱਡ ਲਾਈਟ ਜੰਪ ਤੋਂ ਬਾਅਦ ਜੀ ਆਪਣਾ ਡਰਾਈਵਿੰਗ ਲਾਇਸੈਂਸ ਸਰ ਬਿਲਕੁਲ ਜਿਹੜਾ ਪੈਸੰਜਰ ਸੀਟ ਤੇ ਬੈਠੇ ਹੋਏ ਨੇ ਉਹ ਇਹ ਕਹਿ ਰਹੇ ਨੇ ਕਿ ਫਿਲਹਾਲ ਕੋਈ ਡਾਕੂਮੈਂਟੇਸ਼ਨ ਨਹੀਂ ਦੇਵਾਂਗੇ ਕਿਉਂਕਿ ਡਰਾਈਵਿੰਗ ਮੈਨੂੰ ਆਉਂਦੀ ਆ ਬਟ ਮੈਂ ਨਹੀਂ ਕਰ ਰਿਹਾ, ਪਰ ਜਿਹੜਾ ਡਰਾਈਵਰ ਮੌਕੇ ਤੇ ਮੌਜੂਦ ਹੈ ਉਹ ਹਾਲੇ ਕੋਈ ਵੀ ਤਰੀਕੇ ਨਾਲ ਕੋਈ ਗੱਲਬਾਤ ਨਹੀਂ ਕਰ ਰਿਹਾ, ਕੋਈ ਡਾਕੂਮੈਂਟੇਸ਼ਨ ਨਹੀਂ ਹੋਈ। ਫਿਲਹਾਲ ਤਸਵੀਰਾਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਨਾਲ ਜਿਹੜੀ ਬਹਿਸ ਹੁੰਦੀ ਹੋਈ ਦਿਖ ਰਹੀ ਹੈ। ਤਾਂ ਪ੍ਰਸ਼ਾਸਨ ਬੜੇ ਪਿਆਰ ਦੇ ਨਾਲ ਬੜੇ ਨਿਮਰਤਾ ਸਹਿਤ ਲੋਕਾਂ ਨਾਲ ਗੱਲਬਾਤ ਕਰਦਾ ਹੈ, ਸ਼੍ਰੀਮਾਨ ਕਹਿ ਕੇ ਡਾਕੂਮੈਂਟੇਸ਼ਨ ਮੰਗੀ ਜਾਂਦੀ ਹੈ, ਪਰ ਬਟ ਹਾਲੇ ਰਿਕੁਐਸਟ ਕਰਕੇ ਸੋਰੀ ਕਹਿ ਕੇ ਕਹਿ ਰਿਹਾ ਕਿ ਛੱਡ ਦਿੱਤਾ ਜਾਵੇ, ਅਗਲੀ ਵਾਰ ਤੋਂ ਧਿਆਨ ਰੱਖਾਂਗੇ। ਸੋ ਪ੍ਰਸ਼ਾਸਨ ਨੂੰ ਜੇਕਰ ਲੱਗਦਾ ਹੈ ਕਿ ਕਿਤੇ ਨਾ ਕਿਤੇ ਗਲਤੀ ਹੈ ਜਾਂ ਜਿਹੜੀ ਮਾਫ਼ ਕਰਨ ਵਾਲੀ ਗਲਤੀ ਆ ਉਹਨੂੰ ਮਾਫ਼ ਕਰਦੇ ਨੇ ਜਾਂ ਚਲਾਨ ਕੀਤਾ ਜਾਂਦਾ, ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਹੋਰ ਪੁਖਤੇ ਪ੍ਰਬੰਧਾਂ ਦੇ ਨਾਲ ਆ ਗਿਆ। ਸੋ ਪ੍ਰਸ਼ਾਸਨ ਦੀ ਜੇਕਰ ਗੱਲ ਕਰਦੇ ਹਾਂ ਤਾਂ ਚੌਂਕ ਦੇ ਵਿੱਚ ਜਾ ਕੇ ਜਿਹੜਾ ਪ੍ਰਸ਼ਾਸਨ ਡਿਊਟੀ ਵੀ ਨਿਭਾਉਂਦਾ ਹੋਇਆ ਦੇਖਦਾ ਕਿਉਂਕਿ 40 ਡਿਗਰੀ ਤੋਂ ਉੱਪਰ ਜਿਹੜਾ ਟੈਂਪਰੇਚਰ ਹੁੰਦਾ। ਸੋ 40 ਡਿਗਰੀ ਦੇ ਬਾਵਜੂਦ ਵੀ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਦੇਖ ਰਿਹਾ, ਪਰ ਕਿਤੇ ਨਾ ਕਿਤੇ ਅੰਮ੍ਰਿਤਸਰ ਦੇ ਕਮਿਸ਼ਨਰੇਟ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਜਿਹੜੀਆਂ ਹਦਾਇਤਾਂ ਕੱਢੀਆਂ ਗਈਆਂ ਨੇ ਉਸ ਦੀਆਂ ਕਿਤੇ ਨਾ ਕਿਤੇ ਉਲੰਘਣਾ ਕੀਤੀ ਜਾ ਰਹੀ ਹੈ। ਪਰ ਜੇਕਰ ਹੁਣ ਗੱਲ ਕਰਦੇ ਹਾਂ ਤਾਂ ਪ੍ਰਸ਼ਾਸਨ ਜਿਸ ਤਰੀਕੇ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਦੇਖ ਰਿਹਾ, ਲੋਕ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਭੁੱਲ ਰਹੇ ਨੇ। ਅੱਗੇ ਵੀ ਤਸਵੀਰਾਂ ਸਾਂਝੀਆਂ ਕਰਦੇ ਹਾਂ ਕਿਸ ਤਰੀਕੇ ਪ੍ਰਸ਼ਾਸਨ ਦੀ ਸਖਤਾਈ ਦੇਖਣ ਨੂੰ ਮਿਲਦੀ ਹੈ। ਸੋ ਗੱਲਬਾਤ ਕਰਦੇ ਹਾਂ ਸਾਡੇ ਨਾਲ ਨਾਕਾ ਇੰਚਾਰਜ ਜੀਐਸਆਈ ਪਵਨ ਜੀ ਮੌਜੂਦ ਨੇ। ਪਵਨ ਜੀ ਕਾਹਦਾ ਚਲਾਨ ਕੀਤਾ ਜਾ ਰਿਹਾ ਜੀ ਹੁਣ? ਇਹਨਾਂ ਨੇ ਰੈੱਡ ਲਾਈਟ ਜੰਪ ਕੀਤੀ ਹੈ ਜੀ। ਰੈੱਡ ਲਾਈਟ ਜੰਪ ਕੀਤੀ ਹੈ ਸਰ? ਹਾਂਜੀ। ਤਾਂ ਬਿਲਕੁਲ ਰੈੱਡ ਲਾਈਟ ਜੰਪ ਦਾ ਜਿਹੜਾ ਚਲਾਨ ਕੀਤਾ ਜਾਏਗਾ, ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਲੋਕਾਂ ਦੀ ਜ਼ਿੰਮੇਵਾਰੀ ਦੀ ਹੈ ਕਿਉਂਕਿ ਜੇਕਰ ਗੱਲ ਕਰੀਏ ਤਾਂ ਜ਼ੈਬਰਾ ਕ੍ਰੋਸਿੰਗ ਦੀਆਂ ਤਸਵੀਰਾਂ ਜੇ ਤੁਹਾਨੂੰ ਦਿਖਾਈਏ ਤਾਂ ਕਿਤੇ ਨਾ ਕਿਤੇ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਗੱਡੀਆਂ ਖੜੀਆਂ ਹੋਣੀਆਂ ਚਾਹੀਦੀਆਂ, ਜ਼ੈਬਰਾ ਕ੍ਰੋਸਿੰਗ ਤੋਂ ਅੱਗੇ ਗੱਡੀਆਂ ਆ ਕੇ ਖੜਦੀਆਂ ਨੇ। ਹਾਲਾਂਕਿ ਇਹ ਜਿਹੜੀ ਇੱਕ ਲਾਈਨ ਤੁਸੀਂ ਦੇਖ ਰਹੇ ਟੋਇਆ ਤੁਸੀਂ ਦੇਖ ਰਹੇ ਹੋ ਤਾਂ ਕਿਤੇ ਨਾ ਕਿਤੇ ਉਹਦੇ ਤੋਂ ਜਿਹੜੀਆਂ ਗੱਡੀਆਂ ਅੱਗੇ ਆਈਆਂ ਨੇ, ਪਰ ਇਹ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜ਼ੈਬਰਾ ਕ੍ਰੋਸਿੰਗ ਦੀਆਂ ਜਿਹੜੀਆਂ ਪੇਂਟ ਹੁੰਦਾ ਜ਼ੈਬਰਾ ਕ੍ਰੋਸਿੰਗ ਦਾ ਉਹ ਹਲੇ ਮਿਟ ਚੁੱਕਿਆ, ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਤਾਂ ਜੋ ਜ਼ੈਬਰਾ ਕ੍ਰੋਸਿੰਗ ਦੀਆਂ ਲਾਈਨਾਂ ਇੱਥੇ ਬਣਨ ਤਾਂ ਲੋਕ ਆਪਣੀ ਦੇਖ ਸਕਣ ਕਿ ਜ਼ੈਬਰਾ ਕ੍ਰੋਸਿੰਗ ਤੋਂ ਅੱਗੇ ਰੱਖਣੀ ਹੈ ਗੱਡੀ ਜਾਂ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਰੱਖਣੀ ਹੈ। ਪਰ ਪ੍ਰਸ਼ਾਸਨ ਦੀ ਜੇਕਰ ਗੱਲ ਕਰਦੇ ਨਾ ਕਿਤੇ ਨਾ ਕਿਤੇ ਇੱਥੇ ਨਲਾਇਕੀ ਵੀ ਹੈਗੀ ਹੈ ਕਿ ਜ਼ੈਬਰਾ ਕ੍ਰੋਸਿੰਗ ਜਿਸ ਤਰੀਕੇ ਜ਼ੈਬਰਾ ਕ੍ਰੋਸਿੰਗ ਦੇ ਤੁਸੀਂ ਲਾਈਨਾਂ ਦੇਖ ਸਕਦੇ ਹੋ ਕਿ ਜ਼ੈਬਰਾ ਕ੍ਰੋਸਿੰਗ ਤੋਂ ਗੱਡੀਆਂ ਪਿੱਛੇ ਰੱਖੀਆਂ ਜਾਂਦੀਆਂ ਨੇ, ਉਵੇਂ ਹੀ ਜ਼ੈਬਰਾ ਕ੍ਰੋਸਿੰਗ ਤੋਂ ਗੱਡੀਆਂ ਅੱਗੇ ਰੱਖੀਆਂ ਜਾਂਦੀਆਂ ਨੇ। ਗੱਲਬਾਤ ਕਰਦੇ ਹਾਂ ਕੀ ਕਰਨਾ, ਕਿਉਂਕਿ ਇਹ ਤਸਵੀਰਾਂ ਇੱਕ ਵਾਰ ਜ਼ੂਮ ਕਰਕੇ ਦਿਖਾ ਦਈਏ ਕਿ ਜ਼ੈਬਰਾ ਕ੍ਰੋਸਿੰਗ ਦੇ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਗੱਲਬਾਤ ਕਰਦੇ ਹਾਂ, ਕੀ ਨਾਮ ਹੈ ਵੀਰ ਜੀ ਤੁਹਾਡਾ? ਗੁਰਵਿੰਦਰ ਜੀ। ਵੀਰ ਜੀ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਰੱਖੀ ਦੀ ਹੈ ਗੱਡੀ? ਠੀਕ ਹੈ ਜੀ, ਪਤਾ ਨਹੀਂ ਕਹਿੰਦੇ ਨੀਮਾ ਦਾ ਨਹੀਂ ਪਤਾ। ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਗੱਡੀ ਦੀਆਂ ਤਸਵੀਰਾਂ, ਪ੍ਰਸ਼ਾਸਨ ਖੁਦ ਜ਼ੈਬਰਾ ਕ੍ਰੋਸਿੰਗ ਤੋਂ ਆ ਕੇ ਅੱਗੇ ਖੜੇ ਹੋਇਆ। ਸੋ ਜੇਕਰ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਖੁਦ ਨਹੀਂ ਨਿਭਾਏਗਾ ਤਾਂ ਕੌਣ ਨਿਭਾਏਗਾ? ਇਹ ਤਸਵੀਰਾਂ ਤੁਸੀਂ ਅੰਮ੍ਰਿਤਸਰ ਦੇ ਨਾਵਟੀ ਚੌਂਕ ਤੋਂ ਦੇਖ ਸਕਦੇ ਹੋ। ਪ੍ਰਸ਼ਾਸਨ ਗੱਡੀ ਚਲਾ ਰਿਹਾ, ਇੱਕ ਪੁਲਿਸ ਆਫਿਸਰ ਹੈ ਜੋ ਗੱਡੀ ਚਲਾ ਰਿਹਾ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਜੇਕਰ ਪ੍ਰਸ਼ਾਸਨ ਗੱਲਬਾਤ ਕਰਨ ਦੇ ਵਿੱਚ ਕੰਫਰਟੇਬਲ ਹੈਗਾ। ਸੋ ਇੱਕ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ ਇੱਕ ਮਿੰਟ ਸ਼ੀਸ਼ਾ ਡਾਊਨ ਕਰੋਗੇ ਜੀ?
ਇੱਕ ਮਿੰਟ ਸਰ, ਸਰ ਤੁਸੀਂ ਖੁਦ ਪ੍ਰਸ਼ਾਸਨ ਹੋ, ਜ਼ੈਬਰਾ ਕ੍ਰੋਸਿੰਗ ਤੋਂ ਗੱਡੀ ਅੱਗੇ ਰੱਖੀ ਹੈ ਜੀ। ਸੋ ਬਿਲਕੁਲ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਜ਼ਿੰਮੇਵਾਰੀ ਸਮਝ ਕੇ ਗੱਡੀ ਪਿੱਛੇ ਤਾਂ ਕੀਤੀ ਹੈ, ਪਰ ਸ਼ਾਇਦ ਅਗਲੀ ਵਾਰੀ ਤੋਂ ਧਿਆਨ ਰੱਖਣਗੇ। ਇਹ ਤਸਵੀਰਾਂ ਤੁਸੀਂ ਕੁੜੀਆਂ ਦੀਆਂ ਵੀ ਦੇਖ ਸਕਦੇ ਹੋ, ਜ਼ੈਬਰਾ ਕ੍ਰੋਸਿੰਗ ਤੋਂ ਗੱਡੀ ਅੱਗੇ ਰੱਖੀ ਹੋਈ ਹੈ ਕਿ ਲੋਕ ਆਪਣੀਆਂ ਜ਼ਿੰਮੇਵਾਰੀਆਂ ਭੁੱਲਦੇ ਜਾ ਰਹੇ ਨੇ। ਬਾਅਦ ਵਿੱਚ ਪ੍ਰਸ਼ਾਸਨ ਤੇ ਦੋਸ਼ ਕੱਢਿਆ ਜਾਂਦਾ ਕਿ ਇਹ ਦੋਸ਼ ਪ੍ਰਸ਼ਾਸਨ ਦਾ। ਸੋ ਇੱਕ ਵਾਰ ਪੂਰੇ ਚੌਂਕ ਦੀਆਂ ਤਸਵੀਰਾਂ ਦਿਖਾ ਦਈਏ, ਕਿਉਂਕਿ ਇਹ ਜਿਹੜਾ ਤੁਸੀਂ ਰਸਤਾ ਦੇਖ ਰਹੇ ਹੋ, ਚਾਰ ਰਸਤੇ ਨੇ। ਜਿਹੜਾ ਤਾਂ ਇੱਕ ਕਚਹਿਰੀ ਚੌਂਕ ਯਾਨੀ ਕਿ ਡੀਸੀ ਦਫ਼ਤਰ ਨੂੰ ਜਾਂਦਾ, ਇੱਕ ਪੋਰਸ਼ ਏਰੀਆ ਵੱਲ ਨੂੰ ਜਾਂਦਾ, ਇੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ, ਤੇ ਇੱਕ ਮੇਨ ਏਰੀਆ ਜੋ ਕਿ ਗਲੀ ਮੁਹੱਲਿਆਂ ਵੱਲ ਨੂੰ ਜਾਂਦਾ। ਸੋ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਦਿਖਾ ਰਹੇ ਹਾਂ ਤੁਹਾਨੂੰ। ਇਹ ਮੈਡਮ ਦੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਜ਼ੈਬਰਾ ਕ੍ਰੋਸਿੰਗ ਕਿੱਥੇ ਹੈ ਤਾਂ ਇਹ ਗੱਡੀ ਕਿੱਥੇ ਆ ਚੁੱਕੀ ਹੈ। ਸੋ ਗੱਲਬਾਤ ਕਰਦੇ ਮੈਡਮ ਨਾਲ। ਮੈਮ ਸ਼ੀਸ਼ਾ ਡਾਊਨ ਕਰੋਗੇ ਜੀ ਪਲੀਜ਼। ਸੋ ਮੈਮ ਗੱਡੀ ਪ੍ਰਸ਼ਾਸਨ ਦੀ ਤੁਸੀਂ ਦੇਖ ਸਕਦੇ ਹੋ, ਜੇ ਪ੍ਰਸ਼ਾਸਨ ਨੇ ਗੱਡੀ ਜ਼ੈਬਰਾ ਕ੍ਰੋਸਿੰਗ ਤੋਂ ਅੱਗੇ ਰੱਖੀ ਹੈ ਤਾਂ ਇਹ ਕਿਸ ਤਰੀਕੇ ਰੱਖਣਗੇ। ਆਟੋ ਵਾਲੇ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਭਾਜੀ ਕੀ ਨਾਮ ਹੈ ਜੀ ਤੁਹਾਡਾ? ਹਰਮਿੰਦਰ। ਭਾਜੀ ਪਤਾ ਤੁਹਾਨੂੰ ਜ਼ੈਬਰਾ ਕ੍ਰੋਸਿੰਗ ਤੋਂ ਅੱਗੇ ਰੱਖਿਆ ਆਟੋ, ਆਟੋ ਪਿੱਛੇ ਹੋਣਾ ਚਾਹੀਦਾ ਜੀ। ਜੀ ਸਰ, ਲਾਈਟ ਹੋ ਗਈ ਤਾਂ ਰੋਕਣੀ ਪਈ। ਪਿੱਛੇ ਕਰ ਸਕਦੇ ਹੋ ਹੁਣ ਜੀ, ਬਿਲਕੁਲ ਆਟੋ ਥੋੜਾ ਪਿੱਛੇ ਕਰ ਲਓ ਤਾਂ ਜੋ ਪ੍ਰਸ਼ਾਸਨ ਦੇ ਜਿਹੜੀਆਂ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ। ਸਰਵਿਸ ਲੇਨ ਜਿਹੜੀ BRTS ਦੀ ਸੀਗੀ, ਇਸ ਨੂੰ ਐਮਰਜੈਂਸੀ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਕਿ ਕੋਈ ਐਂਬੂਲੈਂਸ ਜਾਂ ਪ੍ਰਸ਼ਾਸਨ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ। ਕੀ ਨਾਮ ਹੈ ਜੀ ਤੁਹਾਡਾ? ਗੁਲਸ਼ਨ ਕੁਮਾਰ। ਪਤਾ ਤੁਹਾਨੂੰ ਜ਼ੈਬਰਾ ਕ੍ਰੋਸਿੰਗ ਤੋਂ ਗੱਡੀ ਪਿੱਛੇ ਰੱਖਣੀ ਚਾਹੀਦੀ ਹੈ ਜੀ? ਸੌਰੀ ਸਰ। ਤੁਹਾਨੂੰ ਪਤਾ ਤੁਹਾਡਾ ਚਲਾਨ ਹੋ ਸਕਦਾ ਜੀ? ਸੌਰੀ ਸਰ। ਗੱਡੀ ਪਿੱਛੇ ਕਰ ਲਓ, ਜ਼ੈਬਰਾ ਕ੍ਰੋਸਿੰਗ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਕਿੱਥੇ ਹੈ ਤਾਂ ਕਿੰਨੀ ਪਿੱਛੇ। ਮੈਡਮ ਵੱਲੋਂ ਵੀ ਹੁਣ ਜ਼ੈਬਰਾ ਕ੍ਰੋਸਿੰਗ ਕਰਕੇ ਜਿਹੜੀ ਹੈ ਗੱਡੀ ਪਿੱਛੇ ਕਰ ਦਿੱਤੀ ਗਈ ਹੈ। ਸ਼ਾਇਦ ਜੇਕਰ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਗੇ ਤਾਂ ਹਰ ਕੋਈ ਚਲਾਨ ਤੋਂ ਬਚ ਸਕਦਾ, ਹਰ ਕੋਈ ਹਾਦਸੇ ਤੋਂ ਬਚ ਸਕਦਾ ਤਾਂ ਇਹ ਪ੍ਰਸ਼ਾਸਨ ਵੱਲੋਂ ਗੱਡੀਆਂ ਰੋਕ ਕੇ ਜਿਹੜੀ ਪੂਰੀ ਸਖਤਾਈ ਕੀਤੀ ਗਈ ਹੈ ਕਿ ਆਖਿਰਕਾਰ ਜਿਹੜੇ ਨਿਯਮ ਨੇ ਉਹ ਗਰੀਬਾਂ ਅਮੀਰਾਂ ਲਈ ਅਲੱਗ ਅਲੱਗ ਨੇ ਜਾਂ ਇੱਕੋ ਜਿਹੇ ਨੇ, ਕਿਉਂਕਿ ਜ਼ਿਆਦਾਤਰ ਵਾਕ ਵੀ ਕੱਟ ਕੇ ਕਾਲ ਕਰਵਾ ਕੇ ਆਪਣਾ ਚਲਾਨ ਤੋਂ ਬਚਾਅ ਕਰ ਦਿੱਤਾ ਜਾਂਦਾ। ਸਰ ਕੀ ਕਾਰਨ ਹੈ ਜੀ ਖਿਲਾਰਨ ਦਾ ਜੀ? ਇਹਨਾਂ ਦਾ ਜੀ ਇਹ ਰੈੱਡ ਲਾਈਟ ਜੰਪ ਕਰਦੇ ਆ, ਰੈੱਡ ਲਾਈਟ ਜੰਪ ਕਰਕੇ ਆ, ਇਹਦਾ ਕਰਕੇ ਇਹਨਾਂ ਨੂੰ ਖਿਲਾ ਰਿਹਾ ਵਾ। ਬਾਕੀ ਜੋ ਵੀ ਇਹਨੇ ਕਾਰਵਾਈ ਕਰਾਂਗੇ। ਸਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ? ਹਾਂਜੀ, ਚਲਾਨ ਕਰਾਂਗੇ ਜੀ, ਜੋ ਵੀ ਗਲਤੀ ਕਰੂਗਾ ਜੀ। ਹਾਂਜੀ, ਬਿਲਕੁਲ। ਇੱਕ ਹੋਰ ਗੱਡੀ ਤੁਸੀਂ ਦੇਖ ਸਕਦੇ ਹੋ, ਪ੍ਰਸ਼ਾਸਨ ਨੇ ਰੈੱਡ ਲਾਈਟ ਤੇ ਜੰਪ ਕਰਕੇ ਖਿਲਾਰੀ ਹੈ। ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਪੂਰੇ ਪੁਖਤੇ ਪ੍ਰਬੰਧਾਂ ਦੇ ਨਾਲ ਨਾਕੇ ਤੇ ਬੈਠਾ ਹੈ, ਬੈਰੀਕੇਟਿੰਗ ਵੀ ਮੌਜੂਦ ਹੈ। ਇੱਕ ਹੋਰ ਤਸਵੀਰ ਪ੍ਰਸ਼ਾਸਨ ਦੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਗੱਡੀਆਂ ਨੂੰ ਸਾਈਡ ਤੇ ਕਰਵਾਇਆ ਜਾ ਰਿਹਾ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਰ ਕੀ ਨਾਮ ਹੈ ਜੀ ਤੁਹਾਡਾ? ਬ੍ਰਿਜਮੋਹਨ ਸਿੰਘ। ਸਰ ਲੱਗਦਾ ਕਿ ਸਾਨੂੰ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਰੱਖਣੀ ਚਾਹੀਦੀ ਹੈ ਗੱਡੀ, ਪਰ ਪ੍ਰਸ਼ਾਸਨ ਨੇ ਇੱਥੇ ਜ਼ੈਬਰਾ ਕ੍ਰੋਸਿੰਗ ਦਾ ਪੇਂਟ ਜਿਹੜਾ ਮਿਟ ਚੁੱਕਿਆ ਬਣਾਇਆ ਹੀ ਨਹੀਂ ਹੈ ਜੀ। ਨਹੀਂ ਬਣਿਆ ਜੀ। ਪ੍ਰਸ਼ਾਸਨ ਦੀ ਨਲਾਇਕੀ ਹੈ ਜੀ? ਕੀ ਕਹਿ ਸਕਦੇ ਨੇ, ਨਲਾਇਕੀ ਹੈ। ਸੋ ਲੋਕਾਂ ਦੇ ਜ਼ਿੰਮੇਵਾਰੀ ਦਾ ਇਲਜ਼ਾਮ ਲੱਗਦਾ ਕਿ ਲੋਕੀ ਜ਼ਿੰਮੇਵਾਰੀ ਭੁੱਲਦੇ ਨੇ, ਕੀ ਲੱਗਦਾ ਪ੍ਰਸ਼ਾਸਨ ਨੂੰ ਇੱਥੇ ਜ਼ੈਬਰਾ ਕ੍ਰੋਸਿੰਗ ਬਣਵਾਉਣੀ ਚਾਹੀਦੀ ਹੈ ਜੀ? ਬਿਲਕੁਲ ਬਣਾਉਣੀ ਚਾਹੀਦੀ ਹੈ, ਸੈਂਟਰ ਵੀ ਬਣਵਾਉਣੀ ਚਾਹੀਦੀ ਹੈ। ਕੁਛ ਨਹੀਂ ਗਾ ਚਾਰੋ ਪਾਸੇ, ਜਿੱਧਰ ਮਰਜ਼ੀ ਗੱਡੀ ਜਿਹੜਾ ਮਰਜ਼ੀ ਵਾੜੀ ਜਾਂਦਾ, ਰਾਈਟ ਲੈਫਟ ਕੋਈ ਨਹੀਂ ਵੇਖਦਾ। ਕੋਈ ਰੂਲ ਐਂਡ ਰੈਗੂਲੇਸ਼ਨ ਅੰਮ੍ਰਿਤਸਰ ਦੇ ਵਿੱਚ ਖਤਮ ਹੁੰਦੇ ਦੇਖ ਰਹੇ ਨੇ? ਸਭ ਖਤਮ ਹੀ ਹੈ ਜੀ, ਉਹ ਵੇਖੋ ਜੀ ਆਹੀ ਟਰਾਲੀ ਤੁਹਾਡੇ ਸਾਹਮਣੇ। ਬਿਲਕੁਲ, ਲੋਕ ਵੀ ਇਸੇ ਪ੍ਰੋਬਲਮ ਤੋਂ ਜਿਹੜਾ ਕਿ ਸਾਹਮਣਾ ਕਰ ਰਹੇ ਨੇ ਕਿ ਜ਼ੈਬਰਾ ਕ੍ਰੋਸਿੰਗ ਦੀਆਂ ਲਾਈਨਾਂ ਆ। ਸੋ ਕਿਸ ਤਰੀਕੇ ਲੋਕੀ ਰੂਲ ਫੋਲੋ ਕਰਨਗੇ, ਰੂਲ ਫੋਲੋ ਕਰਨ ਦਾ ਵੀ ਇੱਕ ਪ੍ਰੋਟੋਕੋਲ ਹੁੰਦਾ, ਇੱਕ ਫਾਰਮੈਟ ਹੁੰਦਾ ਕਿ ਜਦ ਜ਼ੈਬਰਾ ਕ੍ਰੋਸਿੰਗ ਦੀਆਂ ਲਾਈਨਾਂ ਹੋਣਗੀਆਂ ਤਾਂ ਲੋਕ ਉਸ ਨੂੰ ਫੋਲੋ ਕਰਕੇ ਗੱਡੀਆਂ ਪਿੱਛੇ ਰੱਖਣਗੇ। ਪਰ ਹੁਣ ਲੋਕਾਂ ਦੇ ਹਿਸਾਬ ਨਾਲ ਜਿੰਨਾ ਕੁ ਅੰਦਾਜ਼ਾ ਲਗਾ ਕੇ ਲੋਕ ਆਪਣੇ ਪਿੱਛੇ ਰੱਖ ਸਕਦੇ ਨੇ ਗੱਡੀਆਂ ਜਾਂ ਜਿੰਨੀਆਂ ਅੱਗੇ ਰੱਖ ਸਕਦੇ ਨੇ ਉਹਨਾਂ ਨੇ ਰੱਖੀਆਂ ਹੋਈਆਂ। ਸੋ ਗੱਲਬਾਤ ਕਰਦੇ ਆ, ਕੀ ਨਾਮ ਹੈ ਵੀਰ ਜੀ ਤੁਹਾਡਾ? ਦੀਪਕ ਭਾਜੀ। ਵੀਰ ਜੀ ਲੱਗਦਾ ਨਹੀਂ ਹੈ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਰੱਖਣੀ ਚਾਹੀਦੀ ਸੀ ਗੱਡੀ? ਹਾਂ, ਰੱਖਣੀ ਚਾਹੀਦੀ, ਬਸ ਅੱਗੇ ਸੀਗਾ। ਸਰ ਜ਼ੈਬਰਾ ਕ੍ਰੋਸਿੰਗ ਤੋਂ ਘੱਟ ਤੋਂ ਘੱਟ 10 ਤੋਂ 12 ਫੁੱਟ ਗੱਡੀ ਅੱਗੇ ਹੈ ਜੀ ਤੁਹਾਡੀ, ਪਿੱਛੇ ਕਰ ਲਈ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ, ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਨਾ ਕਰੇ। ਕੀ ਨਾਮ ਹੈ ਸਰ ਤੁਹਾਡਾ? ਸਰ ਜ਼ੈਬਰਾ ਕ੍ਰੋਸਿੰਗ ਤੋਂ ਗੱਡੀ ਅੱਗੇ ਲੱਗੀ? ਸੌਰੀ ਸੌਰੀ ਸੌਰੀ, ਗਲਤੀ ਦਾ ਅਹਿਸਾਸ ਹੈਗਾ ਜੀ? ਬਿਲਕੁਲ। ਅੱਗੇ ਤੋਂ ਸਰ ਹੋਏਗਾ ਸਹੀ? ਨਾ ਨਾ, ਬਿਲਕੁਲ, ਕਿਉਂਕਿ ਪ੍ਰਸ਼ਾਸਨ ਦੇ ਬੜੇ ਦੋਸ਼ ਲੱਗਦੇ ਨੇ ਜੀ। ਨਹੀਂ ਨਹੀਂ, ਬਿਲਕੁਲ ਹੋਏਗਾ ਜੀ। ਸਰ ਕੀ ਨਾਮ ਹੈ ਜੀ ਤੁਹਾਡਾ? ਹਰਵਿੰਦਰ ਸਿੰਘ। ਸਰ ਲੱਗਦਾ ਨਹੀਂ ਹੈ ਕਿ ਜ਼ੈਬਰਾ ਕ੍ਰੋਸਿੰਗ ਤੋਂ ਸਾਨੂੰ ਪਿੱਛੇ ਰੱਖਣੀ ਚਾਹੀਦੀ ਸੀ ਗੱਡੀ? ਅਗਲੀ ਵਾਰ ਦੱਸਾਂਗਾ। ਅਗਲੀ ਵਾਰ ਦੱਸਣਗੇ, ਇਹ ਹੁਣ ਸ਼ਾਇਦ ਆਪਣੀ ਗਲਤੀ ਦਾ ਅਹਿਸਾਸ ਹੈ
ਜਾਂ ਕਿਸੇ ਤਰੀਕੇ ਦੀ ਚੇਤਾਵਨੀ ਹੈ ਇਹ ਤੁਸੀਂ ਇੰਟਰਵਿਊ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਲਹਿਜ਼ਾ ਸਬਰ ਜਿਹੜਾ ਖਤਮ ਹੁੰਦਾ ਹੋਇਆ ਅਸੀਂ ਦੇਖ ਰਹੇ ਫਿਲਹਾਲ ਇੱਥੇ ਮੌਜੂਦ ਹੁੰਦੇ ਹਾਂ ਅਸੀਂ ਇੱਥੋਂ ਹੀ ਤੁਹਾਨੂੰ ਕਵਰੇਜ ਦਿਖਾਉਂਦੇ ਹਾਂ ਕਿਉਂਕਿ ਇੱਕ ਵਾਰ ਜ਼ੈਬਰਾ ਕ੍ਰੋਸਿੰਗ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਲੋਕ ਜ਼ੈਬਰਾ ਕ੍ਰੋਸਿੰਗ ਤੋਂ ਗੱਡੀ ਅੱਗੇ ਰੱਖਦੇ ਨੇ ਪਿੱਛੇ ਰੱਖਦੇ ਨੇ ਕੀ ਕਾਰਨ ਹੁੰਦਾ ਕਿਉਂਕਿ ਜ਼ੈਬਰਾ ਕ੍ਰੋਸਿੰਗ ਜਿਹੜੀ ਹੁੰਦੀ ਹੈ ਇਸ ਤੋਂ ਲੋਕ ਪਿੱਛੇ ਰੱਖਣਗੇ ਇੱਥੇ ਲੋਕਾਂ ਦਾ ਆਉਣਾ ਜਾਣਾ ਜੋ ਤੁਰਨ ਵਾਲੇ ਲੋਕ ਨੇ ਜਾਂ ਜੋ ਹੈਂਡੀਕੈਪ ਨੇ ਉਹ ਇੱਥੋਂ ਆ ਕੇ ਤੁਰ ਜਾ ਕੇ ਲੰਘ ਸਕਦੇ ਨੇ ਤਾਂ ਜੋ ਕਿਸੇ ਪ੍ਰਸ਼ਾਸਨ ਦਾ ਵੀ ਜ਼ਿੰਮੇਵਾਰੀ ਦਾ ਜਿਹੜਾ ਰੋਲ ਦਾ ਹੁੰਦਾ ਉਹ ਪ੍ਰਸ਼ਾਸਨ ਕਰ ਰਿਹਾ ਪਰ ਕਿਤੇ ਨਾ ਕਿਤੇ ਲੋਕ ਭੁੱਲਦੇ ਜਾ ਰਹੇ ਨੇ ਸੋ ਜਿਸ ਤਰੀਕੇ ਇਹਨਾਂ ਨੇ ਜ਼ੈਬਰਾ ਕ੍ਰੋਸਿੰਗ ਦੇ ਉੱਤੇ ਗੱਡੀ ਰੱਖੀ ਆ ਪਰ ਇਹਨਾਂ ਨੇ ਪਹਿਲੇ ਖਿਲਾਰਨੀ ਸੀਗੀ ਪਰ ਕੁਝ ਲੋਕ ਜਿਹੜੇ ਇਸ ਤੋਂ ਪਹਿਲੇ ਹੀ ਅੱਗੇ ਜਾ ਕੇ ਪ੍ਰਸ਼ਾਸਨ ਨਾਲ ਬਹਿਸਦੇ ਨੇ ਗੱਲਬਾਤ ਕਰਦੇ ਆ ਸੋ ਬਿਲਕੁਲ ਲੋਕ ਗੱਲਬਾਤ ਕਰਨ ਲਈ ਮੌਜੂਦ ਹੀ ਹੈ ਨਹੀਂ ਕਿ ਕਾਰਨ ਹੈ ਸ਼ਾਇਦ ਲੋਕਾਂ 'ਚ ਸਬਰ ਖਤਮ ਹੈ ਸ਼ਾਇਦ ਕਾਲੀ ਜ਼ਿਆਦੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਲੋਕ ਆਪਣੀ ਜ਼ਿੰਮੇਵਾਰੀ ਨੂੰ ਭੁੱਲਦੇ ਜਾ ਰਹੇ ਕੀ ਨਾਮ ਹੈ ਸਰ ਤੁਹਾਡਾ ਸੁਸ਼ਾਮ ਸਰ ਜ਼ੈਬਰਾ ਕ੍ਰੋਸਿੰਗ ਤੋਂ ਗੱਡੀ ਅੱਗੇ ਲਗਾਈ ਹੋਈ ਆ ਕੀ ਕਾਰਨ ਹੈ ਜੀ ਆਈ ਡਿਡਨਟ ਰੀਅਲਾਈਜ਼ ਇਟ ਪਿੱਛੇ ਕਰ ਲਿਆ ਗਲਤੀ ਦਾ ਅਹਿਸਾਸ ਹੈਗਾ ਸਰ ਬਿਲਕੁਲ ਡੈਫੀਨਿਟਲੀ ਅੱਗੇ ਤੋਂ ਧਿਆਨ ਰੱਖੋ ਜੀ 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 ਤਾਂ ਬਿਲਕੁਲ ਇਹੋ ਜਿਹੇ ਸਿਟੀਜ਼ਨ ਵੀ ਹੋਣੇ ਚਾਹੀਦੇ ਨੇ ਜੋ ਆਪਣੀ ਗਲਤੀ ਦਾ ਅਹਿਸਾਸ ਕਰਦੇ ਨੇ ਬਿਲਕੁਲ ਪੋਲਾਈਟਲੀ ਗੱਲ ਕਰਦੇ ਨੇ ਸਰ ਲੋਕਾਂ 'ਚ ਸਬਰ ਬੜਾ ਖਤਮ ਹੁੰਦਾ ਦੇਖ ਰਿਹਾ ਜੇਕਰ ਲੋਕਾਂ ਨੂੰ ਪੁੱਛੇ ਤਾਂ ਕਹਿੰਦੇ ਨੇ ਅਗਲੀ ਵਾਰੀ ਦੱਸਾਂਗੇ ਸ਼ਾਇਦ ਉਹ ਗਲਤੀ ਦਾ ਅਹਿਸਾਸ ਸੀਗਾ ਜਾਂ ਚੇਤਾਵਨੀ ਸੀਗੀ ਕਿਵੇਂ ਦੇਖਦੇ ਹੋ ਜੀ ਸਰ ਅੱਜ ਕੱਲ ਪੇਸ਼ੈਂਟਸ ਵੈਸੇ ਹੀ ਸਭ ਮੇ ਕਮ ਹੋ ਚੁੱਕੀ ਹੈ ਐਂਡ ਆਈ ਥਿੰਕ ਐਵਰੀਬਾਡੀ ਥਿੰਕਸ ਦੈਟ ਕਿ ਹਰ ਕੋਈ ਯਹਾਂ ਪੇ ਕੁਛ ਨਾ ਕੁਛ ਅਹੁਦੇ ਪੇ ਹੈ ਜਾਂ ਕਿਸੇ ਕੋ ਫੋਨ ਕਰ ਦੇਗੇ ਸਰ ਜੇਕਰ ਪ੍ਰਸ਼ਾਸਨ ਚਲਾਨ ਕੱਢਦਾ ਹੈ ਕਟਵਾਓਗੇ ਜੀ ਨੈਕਸਟ ਟਾਈਮ ਡੈਫੀਨਿਟਲੀ ਤਾਂ ਬਿਲਕੁਲ ਗਲਤੀ ਦਾ ਅਹਿਸਾਸ ਵੀ ਹੈਗਾ ਸੋ ਇਸ ਤਰੀਕੇ ਪੋਲਾਈਟਨੈਸ ਨਾਲ ਜਿਹੜੀ ਗੱਲ ਕੀਤੀ ਗਈ ਹੈ ਬਹੁਤ ਖੂਬਸੂਰਤ ਲੱਗਦਾ ਮਾਹੌਲ ਇਹ ਤਸਵੀਰਾਂ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਤੋਂ ਤੁਹਾਨੂੰ ਸਾਂਝੀਆਂ ਕਰ ਰਿਹਾ ਜਿੱਥੇ ਇਸ ਪੌਸ਼ ਏਰੀਆ ਤੋਂ ਤੁਸੀਂ ਦੇਖੋ ਤਾਂ ਨਾਵਲਟੀ ਚੌਂਕ ਦੇ ਵਿੱਚ ਵੱਡੇ ਵੱਡੇ ਚਲਾਨ ਹੁੰਦੇ ਹੋਏ ਦੇਖ ਰਹੇ ਨੇ ਗੱਡੀਆਂ ਦੇ ਵੱਡੀਆਂ ਵੱਡੀਆਂ ਮੋਡੀਫਿਕੇਸ਼ਨ ਕੀਤੀਆਂ ਹੁੰਦੀਆਂ ਨੇ ਜਾ ਕੇ ਗੱਲ ਕਰ ਕੇ ਹੁੱਲੜਬਾਜ਼ਾਂ ਵੱਲੋਂ ਕੋਈ ਨਾ ਕੋਈ ਐਸੇ ਸੰਦ ਲੈ ਕੇ ਕੋਈ ਐਸੇ ਜਿਹੜੇ ਆ ਤੇਜ਼ਧਾਰ ਹਥਿਆਰ ਲੈ ਕੇ ਵੀ ਨਾਲ ਘੁੰਮਦੇ ਨੇ ਲੋਕ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਲੋਕਾਂ ਨੂੰ ਆਪਣੀ ਸਮਝਣੀ ਚਾਹੀਦੀ ਹੈ ਇਹ ਵੀ ਗੱਡੀ ਦੀ ਜੇਕਰ ਗੱਲ ਕਰਦੇ ਆ ਤਾਂ ਦੇਖ ਸਕਦੇ ਹੋ ਕਿ ਟਾਇਰ ਕਿੱਥੇ ਹੈ ਤਾਂ ਜ਼ੈਬਰਾ ਕ੍ਰੋਸਿੰਗ ਕਿੱਥੇ ਹੈ ਅੱਧੀ ਗੱਡੀ ਜਿਹੜੀ ਹੈ ਜ਼ੈਬਰਾ ਕ੍ਰੋਸਿੰਗ ਤੋਂ ਅੱਗੇ ਆ ਚੁੱਕੀ ਹੈ ਸੋ ਗੱਲਬਾਤ ਕਰਦੇ ਆ ਕੀ ਕਾਰਨ ਹੈ ਕੀ ਨਾਮ ਹੈ ਵੀਰ ਜੀ ਤੁਹਾਡਾ ਥੋੜਾ ਸ਼ੀਸ਼ਾ ਡਾਊਨ ਕਰ ਲਓ ਸਰ ਕੀ ਨਾਮ ਹੈ ਪਾਰਸ ਸਰ ਕਿਵੇਂ ਦੇਖਦੇ ਹੋ ਜ਼ੈਬਰਾ ਕ੍ਰੋਸਿੰਗ ਤੋਂ ਗੱਡੀ ਅੱਗੇ ਪਾਰਕ ਕੀਤੀ ਹੋਈ ਹੈ ਜੀ ਤੁਸੀਂ ਹਾਂਜੀ ਲੱਗਦਾ ਨਹੀਂ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਹੋਣੀ ਚਾਹੀਦੀ ਸੀ ਹਾਂਜੀ ਹਾਂਜੀ ਰੂਲ ਐਂਡ ਰੈਗੂਲੇਸ਼ਨ ਥੋੜੇ ਸਰ ਅਸੀਂ ਫੋਲੋ ਨਹੀਂ ਕਰ ਪਾ ਰਹੇ ਜੇਕਰ ਪ੍ਰਸ਼ਾਸਨ ਚਲਾਨ ਕੱਟੇਗਾ ਤਾਂ ਕਟਵਾਓਗੇ ਜੀ ਹਾਂਜੀ ਜੀ ਗਲਤੀ ਦਾ ਅਹਿਸਾਸ ਹੈਗਾ ਇੱਕ ਮਿੰਟ ਵੀਡੀਓ ਬੰਦ ਕਰੋ ਵੀਡੀਓ ਬੰਦ ਕਰਦਾ ਜੀ ਠੀਕ ਹੈ ਜੀ ਤਾਂ ਹਾਂਜੀ ਵੀਰੇ ਹਾਂਜੀ ਹਾਂਜੀ ਕਿਉਂ ਕੀ ਹੋ ਗਿਆ ਵੀ ਜੀ ਮਿਲੇ ਤੋਂ ਹੀ ਮੈਨੂੰ ਉੱਥੇ ਚਲੋ ਮਿਲੇ ਹੋਵਾਂਗੇ ਸਰ ਬਟ ਆਪਾਂ ਜੇਕਰ ਅੱਗੇ ਤੋਂ ਧਿਆਨ ਰੱਖਾਂਗੇ ਦਾ ਹੀ ਕੰਮ ਆ ਭਾਜੀ ਸਾਡਾ ਵੀ ਨਿਊਜ਼ ਬਟ ਸਰ ਨਿਊਜ਼ ਦਾ ਹੋਏਗਾ ਬਟ ਸਰ ਸਾਨੂੰ ਰੂਲ ਐਂਡ ਰੈਗੂਲੇਸ਼ਨ ਦਾ ਫੋਲੋ ਕਰਨੇ ਚਾਹੀਦੇ ਨੇ ਰੂਲ ਐਂਡ ਰੈਗੂਲੇਸ਼ਨ ਸਾਡੇ ਇਕੱਲੇ ਵਾਸਤੇ ਥੋੜੀ ਨਾ ਬਣੇ ਭਾਜੀ ਨਹੀਂ ਨਹੀਂ ਤੁਹਾਡੀ ਨਹੀਂ ਗੱਲ ਕਰ ਰਿਹਾ ਸਾਰੇ ਲੋਕਾਂ ਦੀ ਗੱਲ ਕਰ ਰਿਹਾ ਸਰ ਮੇਰਾ ਕੋਈ ਪਰਸਨਲੀ ਟਾਰਗੇਟ ਸਰ ਵੀ ਕਰੋ ਨਾ ਫਿਰ ਹਾਂਜੀ ਸਰ ਉਹਨਾਂ ਦਾ ਵੀ ਕਰ ਰਿਹਾ ਸਰ ਆਬਵੀਅਸਲੀ ਲੋ ਸਰ ਤਾਂ ਬਿਲਕੁਲ ਕਹਿੰਦੇ ਨੇ ਅਸੀਂ ਵੀ ਮੀਡੀਆ ਵਾਲੇ ਆ ਤਾਂ ਗੱਲਬਾਤ ਕਰਦੇ ਆ ਵੀਰ ਜੀ ਤਾਂ ਬਿਲਕੁਲ ਹੱਥ ਜੋੜ ਦਿੱਤੇ ਆ ਗੱਲਬਾਤ ਕਰਨ ਦੇ ਲਈ ਕੰਫਰਟੇਬਲ ਹੀ ਹੈ ਨਹੀਂ ਸ਼ਾਇਦ ਜਾਂ ਗੱਲਬਾਤ ਕਰਨ ਦੀ ਸੋ ਇਹ ਤਸਵੀਰਾਂ ਇੱਕ ਵਾਰ ਦੇਖੀਏ ਸਾਰੇ ਲੋਕਾਂ ਦੀਆਂ ਜਿਹੜੇ ਜ਼ੈਬਰਾ ਕ੍ਰੋਸਿੰਗ ਤੋਂ ਅੱਗੇ ਆ ਕੇ ਖੜੇ ਨੇ ਕਿਸੇ ਨੂੰ ਪਾਰਟਿਕੂਲਰ ਟਾਰਗੇਟ ਨਹੀਂ ਕਰਦੇ ਅਸੀਂ ਤਾਂ ਜਿਨ੍ਹਾਂ ਨੂੰ ਅਹਿਸਾਸ ਹੁੰਦਾ ਜਿਨ੍ਹਾਂ ਨੂੰ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਤਰੀਕੇ ਹੁਣ ਲੋਕ ਆਪਣੇ ਰੂਲ ਐਂਡ ਰੈਗੂਲੇਸ਼ਨ ਫੋਲੋ ਕਰ ਰਹੇ ਨੇ ਤਾਂ ਇੱਕ ਵੀਰ ਸੀਗਾ ਨਾਮ ਤਾਂ ਨਹੀਂ ਪਤਾ ਵੀਰ ਦਾ ਨਾਮ ਮੈਂ ਜਾਣਦਾ ਵਾ ਬਟ ਵੀਰ ਨੇ ਕਿਹਾ ਅਸੀਂ ਪਹਿਲੇ ਵੀ ਮਿਲੇ ਆ ਸਾਡਾ ਵੀ ਮੀਡੀਆ ਦਾ ਕੰਮ ਹੈ ਪਰ ਰੂਲ ਐਂਡ ਰੈਗੂਲੇਸ਼ਨ ਸਾਡੇ ਇਕੱਲੇ ਲਈ ਨਹੀਂ ਹੈਗੇ ਰੂਲ ਐਂਡ ਰੈਗੂਲੇਸ਼ਨ ਪ੍ਰਸ਼ਾਸਨ ਲਈ ਵੀ ਉਹੀ ਨੇ ਆਮ ਲੋਕਾਂ ਲਈ ਵੀ ਉਹੀ ਨੇ ਪਰ ਦੇਖਣਾ ਹੈ ਕਿ ਫੋਲੋ ਕੌਣ ਕਰਦਾ ਅਕਸਰ ਦੇ ਵਿੱਚ ਕਿਉਂਕਿ ਗੱਲ ਭਗਤ ਸਿੰਘ ਦੀ ਕਰਦੇ ਆ ਤਾਂ ਪਹਿਲਾ ਕਦਮ ਉਹਨੇ ਚੁੱਕਿਆ ਸੀਗਾ ਆਜ਼ਾਦੀ ਵਾਨੂ ਤਾਂ ਸਾਰੇ ਲੋਕ ਉਹਦੇ ਪਿੱਛੇ ਆਏ ਸੀਗੇ ਤੁਰਨ ਦੇ ਲਈ ਗੱਸੋ ਪ੍ਰਸ਼ਾਸਨ ਨੇ ਵੱਡੀਆਂ ਵੱਡੀਆਂ ਗੱਡੀਆਂ ਸਾਈਡ ਤੇ ਲਵਾ ਕੇ ਚਲਾਨ ਕਰ ਰਹੇ ਨੇ ਤਾਂ ਸਰ ਜ਼ਿਆਦਾਤਰ ਕਿਹੜੀਆਂ ਗੱਡੀਆਂ ਰੋਕੀਆਂ ਜਾਂਦੀਆਂ ਨੇ ਜੀ ਰੈੱਡ ਲਾਈਟ ਵਾਲੀਆਂ ਨੇ ਜਾਂ ਨੰਬਰ ਪਲੇਟ ਨੂੰ ਲੈ ਕੇ ਜੀ ਰੈੱਡ ਲਾਈਟ ਵੀ ਨੰਬਰ ਪਲੇਟ ਸਰ ਕਾਫੀ ਲੋਕ ਨੇ ਜ਼ੈਬਰਾ ਕ੍ਰੋਸਿੰਗ ਤੋਂ ਗੱਡੀ ਅੱਗੇ ਰੱਖਦੇ ਨੇ ਉਹਨਾਂ ਦੇ ਵੀ ਚਲਾਨ ਕੱਟੇ ਜਾਣਗੇ ਜੀ ਹਾਂਜੀ ਬਿਲਕੁਲ ਤਾਂ ਬਿਲਕੁਲ ਜਿਹੜੇ
ਪਾਸੇ ਲੋਕ ਆਪਣੀਆਂ ਜ਼ੈਬਰ ਕ੍ਰੋਸਿੰਗ ਤੋਂ ਗੱਡੀਆਂ ਅੱਗੇ ਰੱਖ ਰਹੇ ਨੇ। ਸਰ ਕਿਵੇਂ ਦੇਖਦੇ ਹੋ ਜੀ, ਕੀ ਕਾਰਨ ਹੈ ਤੁਹਾਨੂੰ ਰੋਕਣ ਦਾ? ਭਾਜੀ, ਰੋਕਣ ਦਾ ਕਾਰਨ ਇਹ ਆ ਵੀ ਅੱਧ ਦੇ ਵਿੱਚ ਗੱਡੀ ਆ ਗਈ ਆ, ਉੱਤੋਂ ਰੈੱਡ ਹੋ ਗਈ, ਹੁਣ ਮੈਂ ਅੱਧ ਦੇ ਵਿੱਚ ਡੱਕ ਦਵਾਂ, ਮੈਨੂੰ ਦੱਸ ਦਿਓ ਤੁਸੀਂ। ਤੁਸੀਂ ਅੱਗੇ ਲੈ ਆਏ ਸੀ ਜਾਂ ਪਿੱਛੇ ਕਰ ਰਹੇ ਸੀ ਗੱਡੀ? ਗਾੜੀ, ਹੁਣ ਗਾੜੀ ਲੈਣੀ, ਅੱਧ ਦੇ ਵਿੱਚੋਂ ਪਿਛਾਂ ਖੜਾ ਦੇ, ਪਿੱਛੇ ਵੀ ਗੱਡੀਆਂ ਪਿੱਛੇ ਮਾਰ ਦੇਣੀ ਮੈਂ। ਇਸ ਤੋਂ ਮੈਂ ਗਾੜੀ ਲੈ, ਮੈਨੂੰ ਡੱਕ ਲਿਆ, ਕਹਿੰਦੇ ਵੀ ਤੂੰ ਜਾ ਦੇ ਡਾਕੂਮੈਂਟ ਚੈੱਕ ਕਰਾ, ਡਾਕੂਮੈਂਟ ਚੈੱਕ ਕਰਾ ਕੇ ਚਲਾਨ ਕਰਨ ਦੇ ਮਾ ਕਰ ਲਓ, ਇਹ ਕੁਛ ਹੀ ਹੋ ਸਕਦਾ ਭਾਜੀ। ਲੱਗਦਾ ਕਿ ਸਹੀ ਕਰ ਲਈ ਜਾਂ ਗਲਤ ਕਰ ਲਈ? ਭਾਜੀ ਦੇਖੋ, ਜੇ ਹੁਣ ਆਪਾਂ ਅੱਧੇ ਹੀ ਡੱਕਾਂਗੇ ਤਾਂ ਵੀ ਕੋਈ ਫਾਇਦਾ ਨਹੀਂ, ਕਿਉਂਕਿ ਮੈਂ ਵੀ ਅਰਬ ਕੰਟਰੀ 'ਚ 5 ਸਾਲ ਡਰਾਈਵਰੀ ਕੀਤੀ ਆ, ਉੱਥੇ ਵੀ ਨਹੀਂ ਅੱਧੇ ਡੱਕਣ ਦਾ ਕੀ ਫਰਕ ਲੱਗਦਾ ਜੀ ਭਾਰਤ ਤੇ ਅਰਬ ਕੰਟਰੀਆਂ ਦੀ ਡਰਾਈਵਿੰਗ ਦੇ? ਉੱਥੋਂ ਦਾ ਫਰਕ ਇਹ ਆ ਵੀ ਮੰਨ ਲਓ ਇੱਥੇ ਅੱਧੇ ਹੀ ਡੱਕ ਦਿੰਦੇ ਆਪਾਂ, ਉੱਥੇ ਵੀ ਚਲਾਨ ਸੀਗਾ, ਤੇ ਇੱਥੇ ਵੀ ਚਲਾਨ ਤਾਂ ਕਰਨ ਦੇ ਆ ਵੀ ਜੇ ਹੁਣ ਮੈਂ ਗਾੜੀ ਲਿਆਉਣਾ ਤਾਂ ਚਲਾਨ ਕਰਦਾ, ਜੇ ਬੈਕ ਕਰਦਾ ਪਿੱਛੇ ਮਾਰਦਾ ਤਾਂ ਵੀ ਚਲਾਨ ਸੀਗਾ, ਤੇ ਮੈਂ ਆਪਦੀ ਗੱਡੀ ਭਾਣਾ ਦਾ। ਤੁਸੀਂ ਕੀ ਗੱਲਬਾਤ ਕੀਤੀ ਆ ਪ੍ਰਸ਼ਾਸਨ ਨਾਲ ਜੀ? ਸਿੱਧੀ ਗ੍ਰੀਨ ਤੋਂ ਰੈੱਡ ਹੋਣ ਡਈ ਆ, ਉੱਥੇ ਇਹਨਾਂ ਵਿੱਚ ਮੱਕੇ ਮਾਰਦੇ ਆ ਬੱਤੀਆਂ, ਬੰਦੇ ਨੂੰ ਪਤਾ ਲੱਗ ਜਾਂਦਾ ਵਾ ਵੀ ਹਾਂ ਵੀ ਇੱਥੇ ਆਪਣੀ ਦੂਜਾ ਵੀ ਰੈੱਡ ਹੋ ਜਾਣੀ ਆ, ਹੁਣ ਵੀ ਮੈਂ ਪਹਿਲਾਂ ਡੱਕ ਲਵਾਂ, ਇਹ ਸਿੱਧੀ ਰੈੱਡ ਤੋਂ ਵੀ ਗ੍ਰੀਨ ਤੋਂ ਰੈੱਡ ਹੋਈ ਆ। ਸਰ ਉੱਥੇ ਟਾਈਮਿੰਗ ਚੱਲਦੀ ਹੁੰਦੀ ਹੈ, ਟਾਈਮਿੰਗ ਦੇ ਨਾਲ ਪਤਾ ਚੱਲ ਜਾਂਦਾ ਕਿਦੋਂ ਰੈੱਡ ਹੋਣੀ ਹੈ? ਹਾਂਜੀ, ਇੱਥੇ ਕੁਝ ਪਤਾ ਨਹੀਂ, ਸਿੱਧੀ ਗ੍ਰੀਨ ਆ, ਗ੍ਰੀਨ ਤੋਂ ਸਿੱਧੀ ਚੱਕ, ਟਾਈਮ ਹਰ ਪਾਸੇ ਚੱਲਦਾ ਹੋਇਆ ਦਿਖਦਾ ਜੀ ਇੱਥੇ। ਮੈਨੂੰ ਤਾਂ ਪ੍ਰਸ਼ਾਸਨ ਨੇ ਕਿਸ ਤਰੀਕੇ ਗੱਲ ਸੁਣੀ ਆ ਤੁਹਾਡੀ? ਉਹੇ ਤਰੀਕੇ ਨਾਲ ਸੁਣਿਆ, ਸਿੱਧਾ ਲਿਆਣ ਕੇ ਜਾ ਕੇ ਫੜਾ ਦੇ ਵਿੱਚ ਚਲਾਨ ਕਰਨਾ ਮਾ, ਠੀਕ ਆ, ਕੀ ਕਰ ਸਕਦੇ ਭਾਈ, ਧੱਕਾ ਚੱਲਣ ਦਾ ਕਰ ਲੈਂਦੋ, ਕੀ ਕਰ ਸਕਦੇ ਆ। ਸੋ ਲੋਕਾਂ ਨੂੰ ਕਿਤੇ ਨਾ ਕਿਤੇ ਦਿੱਕਤ ਵੀ ਹੈ, ਪਰ ਪ੍ਰਸ਼ਾਸਨ ਆਪਣੀ ਜਿਸ ਤਰੀਕੇ ਡਿਊਟੀ ਨਿਭਾ ਰਿਹਾ ਕਿ ਲਾਲ ਬੱਤੀ ਤੇ ਗੱਡੀ ਅੱਗੇ ਲਿਆਂਦੀ ਜਾਂਦੀ ਹੈ। ਸੋ ਇੱਕ ਹੋਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਮਹਿਲਾ ਕਾਂਸਟੇਬਲ ਵੀ ਇੱਥੇ ਮੌਜੂਦ ਹੈ ਕਿ ਜੇਕਰ ਕਿਸੇ ਤਰੀਕੇ ਦੀ ਕੋਈ ਮਹਿਲਾ ਨਾਲ ਬਹਿਸਬਾਜ਼ੀ ਹੁੰਦੀ ਹੈ, ਕੋਈ ਮਹਿਲਾ ਨੂੰ ਰੋਕਣਾ ਹੁੰਦਾ, ਜੋ ਮਹਿਲਾ ਦੇ ਅਨੁਸਾਰ ਜੋ ਨਿਯਮ ਹੁੰਦੇ ਨੇ ਉਹ ਵੀ ਫੋਲੋ ਕਰਨੇ ਹੁੰਦੇ ਨੇ, ਇਸ ਤਰ੍ਹਾਂ ਹਰ ਨਾਕੇ ਦੇ ਉੱਤੇ ਮਹਿਲਾ ਆਫੀਸਰ ਵੀ ਮੌਜੂਦ ਹੁੰਦੇ ਆ, ਮਹਿਲਾ ਕਾਂਸਟੇਬਲ ਮੌਜੂਦ ਨੇ, ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਕੀ ਨਾਮ ਹੈ ਸਰ ਤੁਹਾਡਾ ਜੀ? ਸਰ ਕਿਵੇਂ ਦੇਖਦੇ ਹੋ ਜੀ, ਜ਼ੈਬਰਾ ਕ੍ਰੋਸਿੰਗ ਤੋਂ ਗੱਡੀ ਅੱਗੇ ਪਾ ਕੇ ਹੋਈ ਹੈ ਥੋੜੀ ਜੀ, ਲੱਗਦਾ ਜੀ ਕਿ ਸਾਨੂੰ ਥੋੜੀ ਪਿੱਛੇ ਪਾਰ ਕਰ ਲੈਂਦੇ ਤਾਂ ਕਰਨੀ ਚਾਹੀਦੀ ਸੀ, ਬਟ ਲਾਈਟ ਦੇ ਕਰਕੇ ਲੋਕੀ ਗਲਤ ਰਸਤੇ ਜਾ ਰਹੇ, ਜਿਹਦੇ ਕਰਕੇ ਸਾਨੂੰ ਬ੍ਰੇਕ ਅੱਗੇ ਮਾਰਨੀ ਪਈ। ਲੱਗਦਾ ਨਾ ਲੋਕੀ ਵੀ ਕਿਤੇ ਨਾ ਕਿਤੇ ਆਪਣੇ ਨਿਯਮ ਫੋਲੋ ਨਹੀਂ ਕਰਦੇ, ਗਲਤੀ ਹੈ ਲੋਕਾਂ ਦੀ, ਉਹ ਗਲਤੀ ਹੈ। ਸਰ ਅੱਗੇ ਤੋਂ ਫਿਰ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਪਾਰ ਕਰਨ ਦੀ ਕੋਸ਼ਿਸ਼ ਕਰਾਂਗੇ? ਬਿਲਕੁਲ ਜੀ, ਬਿਲਕੁਲ ਬਿਲਕੁਲ ਸਰ, ਨਹੀਂ ਆ ਸਾਨੂੰ ਤਾਂ ਮਜਬੂਰੀ ਕਰਨੀ ਪਈ ਹੈ। ਬਿਲਕੁਲ ਸਰ, ਅਸੀਂ ਗੱਲ ਕਰੀਏ ਤਾਂ ਜੀ, ਗ੍ਰੀਨ ਲਾਈਟ ਹੋਣ ਦੇ ਵਿੱਚ ਵੀ ਲੋਕੀ ਉਹਦੇ ਉਲਟ ਤੁਰੀ ਆ ਰਹੇ ਨੇ, ਜਿਹਦੇ ਕਰਕੇ ਸਾਨੂੰ ਗੱਡੀ ਪਈ। ਹਾਂ ਸਰ, ਗੱਲ ਕਰਦੇ ਹਾਂ ਅਸੀਂ ਨੌਜਵਾਨ ਪੀੜ੍ਹੀ ਰੋਕਦੇ ਹਾਂ, ਜਾਂ ਕਹਿ ਲਈਏ 30 ਤੋਂ 32 ਸਾਲ ਦੀ ਉਮਰ ਵਾਲੇ ਲੋਕ ਰੋਕਦੇ ਹਾਂ, ਪੇਸ਼ੈਂਸ ਖਤਮ ਹੁੰਦੇ ਜਾ ਰਹੇ ਨੇ, ਬੈਸਣ ਲੱਗ ਜਾਂਦੇ ਨੇ ਕਿ ਤੁਸੀਂ ਮਾਈਕ ਕਿਵੇਂ ਲਗਾ, ਪੇਸ਼ੈਂਸ ਰੱਖਣਗੇ ਆਪੇ ਪਿੱਛੇ ਰੁਕਣਗੇ। ਆਈ ਐਮ ਸੌਰੀ, ਮੈਂ ਜਰਾ ਅੱਗੇ ਹੋ ਗਿਆ ਬਿਕੋਜ਼ ਆਫ ਕਿ ਟ੍ਰੈਫਿਕ ਚੱਲ ਰਿਹਾ ਸੀ ਇਸ ਕਰਕੇ। ਬਿਲਕੁਲ ਸਰ, ਤੁਹਾਡੀ ਪੋਲਾਈਟਨੈਸ ਕਰਕੇ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ, ਪਰ ਲੋਕਾਂ ਦੀ ਸਹਿਨਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ ਪ੍ਰਸ਼ਾਸਨ ਨਾਲ ਵੀ। ਯੰਗ ਕਰਾਊਡ ਦੇਖੋ ਨਾ ਕੀ ਕਰ ਰਿਹਾ, ਪੇਸ਼ੈਂਟ ਹੈਗੀ ਹੋਣੀ। ਬਿਲਕੁਲ, ਇਹ ਤੁਸੀਂ ਦੇਖ ਸਕਦੇ ਹੋ, ਸੀਨੀਅਰ ਸਿਟੀਜ਼ਨ ਵੀ ਅੱਗੇ ਹੈ, ਤਾਂ ਇਹ 30-32 ਸਾਲ ਵਾਲੇ ਵੀ ਅੱਗੇ ਹੈ, ਤਾਂ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਵੀ ਅੱਗੇ। ਜੇਕਰ ਕੋਈ ਟ੍ਰੈਫਿਕ ਜਾਮ ਹੋ ਰਿਹਾ ਤਾਂ ਪ੍ਰਸ਼ਾਸਨ ਅੱਗੇ ਆ ਕੇ ਟ੍ਰੈਫਿਕ ਨੂੰ ਵੀ ਸਾਫ਼ ਕਰਵਾ ਰਿਹਾ। ਇੱਥੇ ਪ੍ਰਸ਼ਾਸਨ ਦੀ ਇੱਕ ਸੋਹਣੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਪ੍ਰਸ਼ਾਸਨ ਵਿਚਕਾਰ ਜਾ ਕੇ 40-45 ਡਿਗਰੀ ਇਸ ਵੇਲੇ ਹੋ ਰਿਹਾ ਅੰਮ੍ਰਿਤਸਰ ਦੇ ਵਿੱਚ, ਤਾਂ ਤਪਦੀ ਗਰਮੀ ਦੇ ਵਿੱਚ ਇਹ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਦੇਖ ਰਿਹਾ। ਤਾਂ ਇਹ ਪ੍ਰਸ਼ਾਸਨ ਜੇਕਰ ਗੱਲ ਕਰਦੇ ਹਾਂ ਤਾਂ ਜ਼ਰੂਰੀ ਹੀ ਨਹੀਂ ਕਿ ਜੇਕਰ ਇੱਕ ਦੀ ਪ੍ਰਸ਼ਾਸਨ ਚੋਂ ਕਿਸੇ ਦੀ ਵੀਡੀਓ ਗਲਤ ਆਉਂਦੀ ਹੈ ਤਾਂ ਸਾਰਾ ਪ੍ਰਸ਼ਾਸਨ ਹੀ। ਸਰ ਕਿਵੇਂ ਦੇਖ ਰਹੇ ਹੋ ਜੀ, 45 ਡਿਗਰੀ ਹੋ ਰਿਹਾ ਗਰਮੀ ਦੇ ਵਿੱਚ, ਪੂਰੀ ਡਿਊਟੀ ਨਿਭਾ ਰਹੇ ਹੋ ਜੀ? ਸਰ ਕਿਵੇਂ ਦੇਖ ਰਹੇ ਹੋ, 45 ਡਿਗਰੀ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ, ਡਿਊਟੀ ਨਿਭਾ ਰਹੇ ਹੋ, ਧੁੱਪੇ ਖੜ ਕੇ, ਤਾਂ ਕੀ ਲੱਗਦਾ ਜੀ ਕਿਵੇਂ ਸਫ਼ਰ ਚੱਲ ਰਿਹਾ ਜੀ ਡਿਊਟੀ ਦਾ? ਡਿਊਟੀ ਦਾ ਸਫ਼ਰ ਬਹੁਤ ਵਧੀਆ ਚੱਲ ਰਿਹਾ ਜੀ, ਠੀਕ ਚੱਲ ਰਿਹਾ ਵਾ, ਆਪਣੀ ਡਿਊਟੀ ਸਾਡਾ ਫਰਜ਼ ਆ, ਨਿਭਾ ਰਹੇ ਆ। ਲੋਕਾਂ ਦੇ ਵਿੱਚ ਸਹਿਨਸ਼ੀਲਤਾ ਬੜੀ ਖਤਮ ਹੁੰਦੀ ਜਾ ਰਹੀ ਹੈ, ਬਹਿਸਬਾਜ਼ੀ ਬਹੁਤ ਹੁੰਦੀ ਹੈ ਪ੍ਰਸ਼ਾਸਨ ਦੇ ਨਾਲ ਜੀ। ਚਲੋ ਜੀ, ਜਿਹੜਾ ਕਰਦਾ ਕੋਈ ਗੱਲ ਨਹੀਂ, ਉਹਨਾਂ ਬਹਿਸਬਾਜ਼ੀ ਕਰਨੀ ਆ ਜੀ, ਠੀਕ ਆ ਜੀ, ਬਹਿਸਬਾਜ਼ੀ ਕਰਨੀ, ਅਸੀਂ ਆਪਣੀ ਡਿਊਟੀ ਕਰਨੀ ਆ।
ਸਰ ਬੜੇ ਲੋਕ ਜਿਹੜੇ ਤੁਸੀਂ ਹੁਣੇ ਖਿਲਾਰੇ ਸੀਗੇ ਫੋਨ ਕਰਾ ਕੇ ਸਿਫਾਰਸ਼ਾਂ ਪਵਾ ਕੇ ਵੱਡੇ ਵੱਡੇ MLA ਮੰਤਰੀ ਪ੍ਰਸ਼ਾਸਨ ਦੀਆਂ ਸਿਫਾਰਸ਼ਾਂ ਪਾਉਂਦੇ ਨੇ, ਉਹਨਾਂ ਦਾ ਕੀ ਕੀਤਾ, ਛੱਡ ਦਿੱਤਾ ਜਾਂਦਾ ਜਾਂ ਚਲਾਨ ਕੀਤਾ ਜਾਂਦਾ? ਨਹੀਂ ਜੀ, ਜਿਹਦੀ ਤੇ ਗਲਤੀ ਆ ਉਹਦਾ ਗਲਤੀ ਦੀ ਸਜ਼ਾ ਪੂਰੀ ਚਲਾਨ ਕਰਨਾ ਹੀ ਕਰਨਾ। ਤਾਂ ਬਿਲਕੁਲ ਇਹ ASI ਸੁਖਵਿੰਦਰ ਸਿੰਘ ਜੀ ਅੰਮ੍ਰਿਤਸਰ ਦੇ ਨਾਮ ਤੋਂ ਜ਼ੈਬਰਾ ਕ੍ਰੋਸਿੰਗ ਤੋਂ ਅੱਗੇ ਪਾ ਕੀਤੀ ਹੈ ਗੱਲਬਾਤ ਕਰਦੇ ਆ। ਨਮਸਤੇ ਤੁਹਾਡਾ ਗੁਰਬਖਸ਼ ਸਰ, ਕਿਵੇਂ ਦੇਖਦੇ ਹੋ ਜ਼ੈਬਰਾ ਕ੍ਰੋਸਿੰਗ ਇੱਥੇ ਬਣੀ ਨਹੀਂ ਹੋਈ, ਲੱਗਦਾ ਪ੍ਰਸ਼ਾਸਨ ਦੀ ਨਲਾਇਕੀ ਹੈਗੀ ਆ ਜੀ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਫਿਰ ਪ੍ਰਸ਼ਾਸਨ ਆਮ ਲੋਕਾਂ ਦੇ ਚਲਾਨ ਕੱਟਦਾ ਹੈ ਕਿ ਜ਼ੈਬਰਾ ਕ੍ਰੋਸਿੰਗ ਤੋਂ ਅੱਗੇ ਪਾਰ ਕੀਤੀ ਹੈ, ਪਰ ਜ਼ੈਬਰਾ ਕ੍ਰੋਸਿੰਗ ਨਹੀਂ ਬਣੀ ਹੋਈ ਇੱਥੇ। ਹਾਂਜੀ ਹਾਂਜੀ, ਬਿਲਕੁਲ। ਕਿਵੇਂ ਦੇਖਦੇ ਹੋ? ਬਿਲਕੁਲ ਸਰ, ਹੈਗੀ ਆ ਉਹਨਾਂ ਦੀ ਬੇਨਕਾਮੀ ਹੈਗੀ ਇਹਦੇ ਵਿੱਚ। ਸਰ ਕੀ ਨਾਮ ਹੈ ਜੀ ਤੁਹਾਡਾ? ਜੀ ਮੇਰਾ ਨਿਤਿਨ ਨਾਮ ਹੈ ਜੀ। ਸਰ ਕਿਵੇਂ ਦੇਖਦੇ ਇੱਥੇ ਜ਼ੈਬਰਾ ਕ੍ਰੋਸਿੰਗ ਨਹੀਂ ਬਣੀ, ਪ੍ਰਸ਼ਾਸਨ ਦੀ ਨਲਾਇਕੀ ਕਿਵੇਂ? ਪ੍ਰਸ਼ਾਸਨ ਦਾ ਕੰਮ ਜਿਹੜਾ ਚਲਾਨ ਕਰਨਾ ਹੈ ਹੋਰ ਕੀ ਹੈ, ਬਸ ਲੱਭ ਲਿਓ ਤੇ ਬੰਦੇ ਕਿ ਕੋਈ ਚਲਾਨ ਕਰਨਾ ਮਿਲੇ। ਆਮ ਬੰਦੇ ਨੂੰ ਕੀ ਮਤਲਬ ਹੈ ਜੀ, ਬਜਾਰ ਉਹਨੂੰ ਬਣੀ ਹੋਵੇ, ਹਰ ਚੀਜ਼ ਵਿਵਸਥਾ ਹੋਵੇ ਤੇ ਬੰਦਾ ਰੋਕੇਗਾ ਹੀ ਨਾ। ਫਿਰ ਆਪਣੇ ਜੇਕਰ ਇੱਥੇ ਜ਼ੈਬਰਾ ਕ੍ਰੋਸਿੰਗ ਬਣੀ ਹੁੰਦੀ ਤਾਂ ਤੁਸੀਂ ਵੀ ਪਿੱਛੇ ਪਾਰ ਕਰ ਸਕਦੇ? ਹੋਵੇ ਜੇ ਸਾਰੇ ਲੋਕ ਇੱਕ ਨੂੰ ਦੇਖ ਕੇ ਸਾਰੇ ਅੱਗੇ ਆ ਜਾਂਦੇ ਨਾ, ਫਿਰ ਉਹ ਤੇ ਹੈ ਹੀ ਹੈ। ਫਿਰ ਸਬਰ ਗੱਲ ਕੀ ਹੈ ਜਾਂ ਸਹਿਨਸ਼ੀਲਤਾ ਦੀ ਗੱਲ ਕਰੀਏ, ਖਤਮ ਹੁੰਦਾ ਜਾ ਰਿਹਾ ਜੀ ਅੱਜ ਦੀ ਨਵੀਂ ਪੀੜ੍ਹੀ। ਅੱਜ ਬਿਲਕੁਲ ਨਹੀਂ ਹੈਗਾ ਉਸ ਪੀੜ੍ਹੀ ਦੇ ਵਿੱਚ ਤੇ ਬਿਲਕੁਲ ਵੀ ਇਸ ਚੀਜ਼ ਨੂੰ ਬੰਦਾ। ਮੈਂ ਤੁਹਾਡੀ ਗੱਲ ਤੋਂ ਹੋਰ ਕੋਈ ਗੱਲ ਦੱਸੋ ਸਰ, ਪ੍ਰਸ਼ਾਸਨ ਨੇ ਚਲਾਨ ਕੱਟੇ ਆ, ਰੈੱਡ ਲਾਈਟ ਦੀ ਗੱਲ ਕਰ ਲਈਏ, ਲਾਈਟਾਂ ਚੰਗੇ ਤਰੀਕੇ ਨਾਲ ਵਰਕ ਕਰਦੇ ਹੋ ਨਾ, ਸਾਹਮਣੇ ਲਾਈਟ ਹੋਣੀ ਚਾਹੀਦੀ, ਲਾਈਟ ਚੱਲਦੀ ਨੁੱਕਰ ਦੇ ਵਿੱਚ, ਅਸੀਂ ਇੱਧਰ ਦੇਖੇਗਾ ਬੰਦਾ ਸਾਹਮਣੇ ਦੇਖੇਗਾ, ਇਹ ਵੀ ਤੇ ਗੱਲ ਪ੍ਰਸ਼ਾਸਨ ਦੀ ਗੱਲ ਗਲਤ ਹੈ ਨਾ। ਲਾਈਟ ਲਗਾਵੇ ਇੱਥੇ ਲਗਾਵੇ, ਸਾਹਮਣੇ ਦੇਖ ਲਓ, ਜਿਹੜੀ ਲਾਈਟ ਬਿਲਕੁਲ ਸਾਹਮਣੇ ਹੋਣੀ ਚਾਹੀਦੀ ਹੈ ਉਹ ਰਾਈਟ ਸਾਈਡ ਤੇ ਹਮੇਸ਼ਾ, ਹਰ ਲਾਈਨ ਵਾਲੇ ਨੂੰ ਰਾਈਟ ਸਾਈਡ ਤੋਂ ਦੇਖ ਕੇ ਚੱਲਣਾ ਪੈਂਦਾ। ਇੱਧਰ ਗੱਲ ਕਰ ਲਈਏ, ਫਰੰਟ ਸਾਈਡ ਨਹੀਂ ਚੱਲਦੀ, ਰਾਈਟ ਸਾਈਡ ਚੱਲਦੀ ਹੈ, ਹਰ ਪਾਸੇ ਦੀ ਰਾਈਟ ਸਾਈਡ ਚੱਲ ਰਹੀ ਹੈ। ਸੋ ਪ੍ਰਸ਼ਾਸਨ ਨੂੰ ਵੀ ਸਵਾਲ ਹੈ ਸਾਡਾ ਕਿ ਜੇਕਰ ਇਸ ਨੂੰ ਕੀਤਾ ਜਾਂਦਾ ਹੈ ਤਾਂ ਸ਼ਾਇਦ ਆਮ ਲੋਕ ਜਿਹੜੀ ਆਪਣੀ ਦਿੱਕਤ ਦਾ ਸਾਹਮਣਾ ਕਰ ਰਹੇ ਨੇ ਜਾਂ ਉਹਨਾਂ ਨੂੰ ਚਲਾਨ ਭੁਗਤਣੇ ਪੈ ਰਹੇ ਨੇ ਕਿ ਉੱਥੋਂ ਸਹੀ ਹੋ ਸਕਦੇ ਨੇ। ਤਸਵੀਰਾਂ ਅੰਮ੍ਰਿਤਸਰ ਦੇ ਨਾਕੇ ਨਾਵਲਟੀ ਚੌਂਕ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਵੱਡੇ ਵੱਡੇ ਚਲਾਨ ਕੀਤੇ ਜਾ ਰਹੇ ਨੇ, ਰੈੱਡ ਲਾਈਟ ਜਾਂ ਜੋ ਵੀ ਜਿਹੜੀ ਗਲਤੀ ਹੁੰਦੀ ਹੈ ਉਸਦੇ ਚਲਾਨ ਕਰਕੇ। ਸੋ ਇੱਕ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਤੋਂ, ਕਿਉਂਕਿ ਟੂਰਿਸਟ ਸਿਟੀ ਅੰਮ੍ਰਿਤਸਰ ਮੰਨੀ ਜਾਂਦੀ ਹੈ, ਟੂਰਿਸਟਾਂ ਦੇ ਨਾਲ ਨਾਲ ਕਿਤੇ ਨਾ ਕਿਤੇ ਸ਼ਰਾਰਤੀ ਅਨਸਰ ਵੀ ਹੁੰਦੇ ਨੇ ਕਿ ਕਿਸ ਤਰੀਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ। ਵੀਰ ਜੀ ਕੀ ਹੁਣ ਚਲਾਨ ਕੱਟਦਾ ਜੀ ਤੁਹਾਡਾ? ਹੋ ਗਿਆ, ਮੌਕੇ ਦਾ ਚਲਾਨ ਹੋਇਆ ਜੀ? ਮੌਕੇ ਦਾ ਹੋਇਆ। ਕਾਹਦਾ ਕਾਹਦਾ ਚਲਾਨ ਕੀਤਾ ਜੀ? ਬਸ ਰੈੱਡ ਲਾਈਟ ਦੇ ਕੀਤਾ। ਕਿੰਨੇ ਦਾ ਹੋਇਆ ਜੀ ਚਲਾਨ? 500 ਦਾ। ਲੱਗਦਾ ਜਾਇਜ਼ ਹੈ ਜਾਂ ਨਾਜਾਇਜ਼ ਹੈ? ਹੈ ਤਾਂ ਨਾਜਾਇਜ਼ ਹੀ ਆ, ਬਟ ਕੁਛ ਗਲਤੀ ਇੱਧਰ ਦੀ ਵੀ, ਲਾਈਟਾਂ ਦੀ ਵੀ ਹੈਗੀ, ਕਿਉਂਕਿ ਆਖਰ ਚਮਕਣ ਦਾ ਸਹੀ ਪਤਾ ਤੇ ਲੱਗੇ ਵੀ ਯਾਰ ਬੰਦਾ ਹਾਂ ਰੈੱਡ ਹੋਣ ਵਾਲੀ, ਲਾਈਟਾਂ ਸੱਜੇ ਪਾਸੇ ਲੱਗੀਆਂ, ਫਰੰਟ ਬੰਨੇ ਨਹੀਂ ਹੈਗੀਆਂ। ਹਾਂਜੀ ਉਹੀ ਚੱਕਰ ਹੈ ਨਾ, ਸਿਆਪਾ ਇਸ ਚੀਜ਼ ਦਾ ਪੈਂਦਾ। ਚਲੋ ਕੋਈ ਨਹੀਂ, ਹੋਣ ਵਾਲਾ ਹੋ ਗਿਆ, ਖੱਲੀ ਵੱਲੀ ਚੱਲਦਾ, ਕੋਈ ਚੱਕਰ ਨਹੀਂ। ਬਿਲਕੁਲ, ਜੇਕਰ ਗੱਲ ਕਰੀਏ ਤਾਂ 5 ਸਾਲ ਅਰਬ ਕੰਟਰੀਆਂ 'ਚ ਡਰਾਈਵਰੀ ਕਰਕੇ ਅੰਮ੍ਰਿਤਸਰ ਦੇ ਰੂਲ ਦੇਖ ਕੇ ਹੈਰਾਨ ਹੁੰਦੇ ਨੇ ਲੋਕ, ਪਰ ਪ੍ਰਸ਼ਾਸਨ ਨੇ ਵੀ ਆਪਣੇ ਪੁਖਤਾ ਪ੍ਰਬੰਧ ਦੇ ਨਾਲ ਸਖਤਾਈ ਵਰਤੀ ਹੋਈ ਆ, ਪਰ ਕਿਤੇ ਨਾ ਕਿਤੇ ਜਿਹੜੀ ਜ਼ੈਬਰਾ ਕ੍ਰੋਸਿੰਗ ਨੂੰ ਲੈ ਕੇ ਲੋਕ ਜ਼ਿੰਮੇਵਾਰੀ ਭੁੱਲਦੇ ਜਾ ਰਹੇ ਨੇ, ਜਾਂ ਜ਼ੈਬਰਾ ਕ੍ਰੋਸਿੰਗ ਨੂੰ ਲੈ ਕੇ ਲੋਕ ਆਪਣੀ ਜ਼ੈਬਰਾ ਕ੍ਰੋਸਿੰਗ ਜਿੱਥੇ ਬਣੀ ਹੀ ਨਹੀਂ ਆ ਉੱਥੋਂ ਲੋਕ ਕਿਵੇਂ ਫੋਲੋ ਕਰਨਗੇ। ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਅੱਧੀ ਗਲਤੀ ਹੈ, ਪ੍ਰਸ਼ਾਸਨ ਦੇ ਨਾਲ ਨਾਲ ਲੋਕਾਂ ਦੀ ਵੀ ਬਹੁਤ ਗਲਤੀ ਹੈ ਜਿਹੜੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨਹੀਂ, ਜਾਂ ਪ੍ਰਸ਼ਾਸਨ ਆਪਣੇ ਕਿਤੇ ਨਾ ਕਿਤੇ ਗਲਤੀਆਂ ਤੋਂ ਭੱਜਦਾ ਵੀ ਨਜ਼ਰ ਆਉਂਦਾ। ਸੋ ਦੇਖਣਾ ਹੋਏਗਾ ਕਿ ਅੱਗੇ ਕਿਸ ਤਰੀਕੇ ਚਲਾਨ ਕੱਟਦੇ ਨੇ, ਕਿਸ ਤਰੀਕੇ ਸਜ਼ਾਵਾਂ ਜਾਂ ਚਲਾਨ ਹੁੰਦੇ ਨੇ, ਕਿਉਂਕਿ ਬਹਿਸਬਾਜ਼ੀ ਹੁੰਦੀ ਆ, ਮਿਸਬਿਹੇਵ ਦਾ ਚਲਾਨ ਹੁੰਦਾ, ਹੋਰ ਬਹੁਤ ਤਰੀਕੇ ਦੇ। ਜੇਕਰ ਕੋਈ ਡਾਕੂਮੈਂਟੇਸ਼ਨ ਪੂਰੀ ਨਹੀਂ ਹੁੰਦੀ 207 ਦੇ ਵਿੱਚ ਮੋਟਰ ਵਹੀਕਲ ਐਕਟ ਦੇ ਵਿੱਚ, ਤਾਂ ਉਹ ਬੰਦ ਕਰ ਦਿੱਤਾ ਜਾਂਦਾ ਵਹੀਕਲ ਨੂੰ। ਸੋ ਹੁਣ ਦੇਖਣਾ ਕਿ ਪ੍ਰਸ਼ਾਸਨ ਅੱਗੇ ਕਿਸ ਤਰੀਕੇ ਚਲਾਨ ਕੱਟਦਾ, ਜਾਂ ਜਿੱਥੇ ਜ਼ੈਬਰਾ ਕ੍ਰੋਸਿੰਗ ਨਹੀਂ ਬਣੀ ਉਹ ਕਿਸ ਤਰੀਕੇ ਨੂੰ ਪੂਰੀ ਕਰਦਾ। ਮੈਨੂੰ ਤਾਂ ਜ਼ਿਆਦਾ ਜ਼ੂਮ ਪੰਜਾਬੀ ਦੇ ਲਈ, ਮੈਂ ਦਮਨਜੀਤ ਸਿੰਘ ਅੰਮ੍ਰਿਤਸਰ।